ਬੀਬੀਸੀ ਪੰਜਾਬੀ ਦੇ ਫੇਸਬੁੱਕ ਲਾਈਵ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਦਲੀਪ ਸਿੰਘ। ਅੱਜ ਮੇਰੇ ਨਾਲ ਨੇ ਇਸ ਫੇਸਬੁੱਕ ਲਾਈਵ ਦੇ ਵਿੱਚ ਕੌਮੀ ਵੀਰਤਾ ਪੁਰਸਕਾਰ 2017 ਦੇ ਜੇਤੂ ਕਰਨਵੀਰ ਸਿੰਘ। ਉਹੀ ਕਰਨਵੀਰ ਸਿੰਘ ਜੋ 2016 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਅਟਾਰੀ ਸਰਹੱਦ ਕੋਲ ਇੱਕ ਦੁਖਦ ਹਾਦਸਾ ਵਾਪਰਿਆ ਸੀ, ਜਿਸ ਵਿੱਚ ਕਿ ਅੱਧਾ ਦਰਜਨ ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ। ਉਸ ਘਟਨਾ ਦੇ ਵਿੱਚ ਜਿਹੜੇ ਮੁੰਡੇ ਨੇ ਵੀਰਤਾ ਦਿਖਾਈ ਸੀ ਉਹ ਕਰਨਵੀਰ ਅੱਜ ਮੇਰੇ ਨਾਲ ਨੇ। ਇਹਨਾਂ ਨੂੰ ਉਹਨਾਂ 18 ਮੁੰਡਿਆਂ 'ਚੋਂ ਮੁੰਡੇ ਕੁੜੀਆਂ ਚੁਣਿਆ ਗਿਆ ਜਿਨ੍ਹਾਂ ਨੂੰ ਕਿ ਵੀਰਤਾ ਪੁਰਸਕਾਰ ਨਾਲ ਦਿੱਲੀ 'ਚ ਨਵਾਜਿਆ ਗਿਆ। ਕਰਨ, ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਅਟਾਰੀ 'ਚ ਕਿਹੜਾ ਪਿੰਡ ਹੈ ਤੁਹਾਡਾ, ਅਤੇ ਦਿੱਲੀ ਸਟੂਡੀਓ ਤੁਸੀਂ ਸਾਡੇ ਆਏ ਹੋ, ਪਹਿਲਾਂ ਆਪਣਾ ਉਹ ਦੱਸੋ ਕਿਹੜਾ ਪਿੰਡ ਹੈ ਤੁਹਾਡਾ ਅਤੇ ਕਿਹੜੇ ਸਕੂਲ 'ਚ ਤੁਸੀਂ ਪੜ੍ਹ ਰਹੇ ਹੋ ਇਸ ਟਾਈਮ? ਮੈਂ ਅੰਮ੍ਰਿਤਸਰ ਦੇ ਵਿੱਚ ਗੱਲੂਵਾਲ ਪਿੰਡ ਹੈ, ਉੱਥੇ ਰਹਿੰਦਾ, ਅਟਾਰੀ ਦੇ ਲਾਗੇ ਹੈ। ਤਾਂ ਪਲੱਸ ਟੂ 'ਚ ਪੜ੍ਹਦਾ ਐਮ ਕੇ ਡੀ ਡੀ ਏ ਪਬਲਿਕ ਸਕੂਲ 'ਚ, ਅਟਾਰੀ ਦੇ ਲਾਗੇ। ਅਤੇ ਕਰਨ, ਤੁਹਾਨੂੰ ਇਸ ਇਹ ਵੀਰਤਾ ਦਿਖਾਉਣ ਦੇ ਲਈ ਪੂਰਾ ਦੇਸ਼ ਤੁਹਾਨੂੰ ਸਲਾਮ ਕਰ ਰਿਹਾ ਅਤੇ ਭਾਰਤ ਸਰਕਾਰ ਨੇ ਵੀ ਇਹਨਾਂ ਨੂੰ ਸਨਮਾਨਿਤ ਕੀਤਾ। ਕਰਨ, ਸਾਨੂੰ ਉਹ ਦੱਸੋ ਕਿ ਜਦੋਂ 2016 ਸਤੰਬਰ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ, ਬੱਸ ਸਕੂਲੋਂ ਘਰ ਨੂੰ ਆ ਰਹੀ ਸੀ ਛੁੱਟੀ ਤੋਂ ਬਾਅਦ, ਅਤੇ ਕੀ ਹੋਇਆ ਸੀ ਤਾਂ ਕਿਹੜੀ ਸਪੋਟ ਸੀਗੀ, ਅਤੇ ਇੱਕਦਮ ਤੁਹਾਨੂੰ ਕਿਵੇਂ ਲੱਗਿਆ ਕਿ ਹੁੰਦਾ ਨਾ ਕਿ ਬੱਸ ਹਾਦਸਾਗ੍ਰਸਤ ਹੋ ਗਈ ਅਤੇ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਨਹੀਂ ਆਪਣੀ ਜਾਨ ਤਾਂ ਬਚਾਉਣੀ ਬਾਕੀਆਂ ਦੀ ਵੀ ਮੈਂ ਕਿਵੇਂ ਕਰ ਸਕਦਾ, ਅਤੇ ਕਿਵੇਂ ਤੁਹਾਨੂੰ ਉਸ ਸਮੇਂ ਲੱਗਿਆ? ਅਸੀਂ ਰੋਜ਼ ਦੀ ਤਰ੍ਹਾਂ ਘਰ ਵਾਪਸ ਆ ਰਹੇ ਸੀ ਸਕੂਲ ਤੋਂ, ਸਕੂਲ ਬੱਸ 'ਚ ਆਉਂਦੇ ਆਉਂਦੇ ਮਹਾਵਾਗੜੀ ਜੀ, ਉੱਥੇ ਨਾ ਡਿਫੈਂਸ ਡੇ ਅਟਾਰੀ ਆ ਗਏ ਉਹਨੇ ਨਾ, ਉੱਥੇ ਉਹਦੇ ਵਿੱਚ ਹੁੰਦਾ 10-15 ਫੁੱਟ ਪਾਣੀ ਹੁੰਦਾ ਹੀ ਹੁੰਦਾ। ਸਾਡੀ ਬੱਸ ਉੱਥੋਂ ਕ੍ਰੋਸ ਕਰਨ ਲੱਗੀ ਸੀ ਸਕੂਲ ਨੂੰ, ਤਾਂ ਇੱਕਦਮ ਹੀ ਉਹਦੀ ਰੇਲਿੰਗ ਟੁੱਟੀ ਹੋਈ ਹੈ ਅਤੇ ਇੱਕਦਮ ਹੀ ਬੱਸ ਨੀਚੇ ਗਿਰ ਗਈ, ਅਸੀਂ ਟਾਇਰ ਉੱਪਰ ਹੋ ਗਏ। ਤਾਂ ਮੈਂ ਬਾਰੀ ਕੋਲ ਬਹਿੰਦਾ ਸੀ, ਅਤੇ ਮੈਂ ਕਿਉਂਕਿ ਵੱਡਾ ਮੈਂ ਸੀ ਨਾ, ਕਿਉਂਕਿ ਛੋਟੇ ਬੱਚੇ ਉਤਾਰਨੇ ਚੜਾਉਣੇ ਮੈਂ ਕਰ ਦਿੰਦਾ, ਹੈਲਪ ਕਰ ਦਿੰਦਾ ਸੀ ਉਹਨਾਂ ਦੀ, ਉਹਨਾਂ ਤੋਂ ਖੁਦ ਨਹੀਂ ਚੜਿਆ ਉਤਰਿਆ ਜਾਂਦਾ। ਤਾਂ ਮੈਂ ਪਹਿਲਾਂ ਵਾਰੀ ਤੋੜ ਕੇ ਬਾਹਰ ਜਦੋਂ ਨਿਕਲਿਆ ਤਾਂ ਮੈਂ ਦੇਖਿਆ ਕਿਸੇ ਬੱਚੇ ਦੀ ਚੀਕ ਕੁਛ ਸੁਣਾਈ ਨਹੀਂ ਦੇ ਰਿਹਾ, ਕਿਉਂਕਿ ਪਾਣੀ ਭਰ ਗਿਆ ਸੀ ਸਾਰਾ ਅਤੇ ਕੋਈ ਹਵਾ ਹੈਗੀ ਨਹੀਂ ਸੀ ਅੰਦਰ, ਹੁਣ ਸਾਹ ਨਹੀਂ ਸੀ ਉਹਨਾਂ ਨੂੰ ਆ ਰਿਹਾ ਕੁਛ, ਅਤੇ ਜਿਹੜੀਆਂ ਬੱਸ ਦੀਆਂ ਸੀਟਾਂ ਸੀ ਉਹ ਵੀ ਟੁੱਟ ਕੇ ਅਤੇ ਬੱਚਿਆਂ ਦੇ ਉੱਤੇ ਬੱਚੇ ਵਿੱਚ ਦੱਬ ਗਏ ਸੀ। ਇੱਕ ਤਾਂ ਬੱਚਿਆਂ ਨੇ ਬੈਗ ਪਾਏ ਹੁੰਦੇ ਸੀ ਤਾਂ ਕੁਛ ਬੈਗਸ ਦੇ ਨਾਲ ਅੜ ਗਏ ਸੀ ਤਾਂ ਉਹਨਾਂ ਕੋਲ ਨਿਕਲਿਆ ਨਹੀਂ ਜਾਂਦਾ ਸੀ। ਫਿਰ ਜਿੱਦਾਂ ਵੀ ਹੋ ਸਕਿਆ ਮੈਂ ਤੋਂ ਅਤੇ ਮੈਂ ਬੱਸ ਦੇ ਅੰਦਰ ਗਿਆ ਅਤੇ ਵਿੱਚੋਂ ਖਿੱਚ ਖਿੱਚ ਕੇ ਬੱਚੇ ਨਿਕਾਲ ਰਿਹਾ ਸੀ। ਫਿਰ ਇੱਦਾਂ ਮੈਂ ਗੱਲ ਇਹ ਕਰਦੇ ਕਰਦੇ ਨੇ 15 ਦੇ ਕਰੀਬ ਬੱਚੇ ਕੱਢ ਲਏ ਸੀ। ਇੱਦਾਂ ਕਰਦੇ ਫਿਰ ਮੈਂ ਨਾ ਥੋੜ੍ਹੀ ਦੇਰ ਬਾਅਦ ਮੈਨੂੰ ਨੋਟਿਸ ਜਿਹਾ ਲੱਗਾ ਕਿ ਮੇਰੇ ਖੁਦ ਦੇ ਬੜਾ ਖੂਨ ਇੱਥੋਂ, ਮੈਮ ਮੇਰੇ ਬਹੁਤ ਲੱਗੀ ਸੀ, ਮੇਰੇ ਖੁਦ ਦੇ ਬਹੁਤ ਖੂਨ ਵਹਿ ਰਿਹਾ ਸੀ। ਫਿਰ ਉਦੋਂ ਪਿੰਡ ਵਾਲੇ ਆ ਗਏ ਲਾਗੋਂ ਅਤੇ ਟੀਮ ਆ ਗਈ, ਉਹ ਦੂਸਰੀ ਜਿਹੜੀ ਹੁੰਦੀ ਆ ਰੈਸਕਿਊ ਟੀਮ, ਉਹਨਾਂ ਵੀ ਅਤੇ ਉਹਨਾਂ ਫਿਰ ਮੈਨੂੰ ਵੀ ਨਿਕਾਲ ਲਿਆ। ਜਿਹੜੇ ਬੱਚੇ ਲੇਟ ਹੋ ਗਏ ਸੀ, ਜਿਨ੍ਹਾਂ ਦੀ ਐਕਸਪਾਇਰ ਹੋ ਗਏ ਸੀ 7 ਬੱਚੇ, ਜਿਨ੍ਹਾਂ ਦੀ ਸੱਟ ਜ਼ਿਆਦਾ ਲੱਗੀ ਜਾਂ ਜ਼ਿਆਦਾ ਦੇਰ ਪਾਣੀ ਵਿੱਚ ਰਹੇ ਸੀ, ਉਹਨਾਂ ਨੂੰ ਵੀ ਨਾਲ ਕੱਢ ਲਿਆ ਗਿਆ ਸੀ। ਅਤੇ ਉਹਨਾਂ ਦਾ ਵੀ ਬੜਾ ਦੁੱਖ ਲੱਗਦਾ ਹੈ ਕਿ ਬੱਚੇ ਛੋਟੇ ਛੋਟੇ ਬੱਚੇ ਸੀ ਅਤੇ ਕਿਉਂ ਇੱਦਾਂ ਨਹੀਂ ਸੀ, ਐਕਸੀਡੈਂਟ ਨਹੀਂ ਸੀ ਹੋਣਾ ਚਾਹੀਦਾ, ਇੰਨਾ ਬੜਾ ਬੜਾ ਜ਼ਿਆਦਾ ਦੁੱਖ ਲੱਗਦਾ ਹੈ। ਅਤੇ ਕਰਨ, ਤੁਸੀਂ ਉਸ ਸਮੇਂ ਜਿਹੜੀ ਵੀਰਤਾ ਆਪਣੀ ਦਿਖਾਈ, ਮਤਲਬ ਕਿ ਉਹ ਜਿਹੜੀ ਹਿੰਮਤ ਹੁੰਦੀ ਹੈ, ਤੁਹਾਨੂੰ ਕਿਹੜੇ ਉਹ ਕਾਰਨ ਸੀਗੇ ਜਦੋਂ ਇਹ ਬੱਸ ਨੇ ਇੱਕਦਮ ਰੇਲਿੰਗ 'ਚੋਂ ਟਕਰਾ ਕੇ ਉਹ ਡਰੇਨ ਦੇ ਵਿੱਚ ਡਿੱਗੀ ਸੀਗੀ, ਅਤੇ ਉਦੋਂ ਤੋਂ ਬਾਅਦ ਲੈ ਕੇ ਹੁਣ ਤੱਕ ਤੁਹਾਨੂੰ ਕੀ ਲੱਗਦਾ? ਤੁਸੀਂ ਹੁਣ ਵੀ ਸਕੂਲ ਜਾਂਦੇ ਹੋ, ਉਸ ਹਾਦਸੇ ਤੋਂ ਬਾਅਦ ਉਸ ਪੁੱਲ ਨੂੰ ਸਟਾਰਟਿੰਗ 'ਚ ਬੰਦ ਕਰ ਦਿੱਤਾ ਗਿਆ ਸੀ ਕਿ ਇੱਥੋਂ ਬੱਸਾਂ ਨਹੀਂ ਲੰਘਣਗੀਆਂ, ਹੁਣ ਉੱਥੇ ਦੇ ਹਾਲਾਤ ਕੀ ਹੈ? ਕਿਉਂਕਿ ਤੁਸੀਂ ਉੱਥੇ ਦੇ ਵਸਨੀਕ ਉਸ ਲੋਕਲ ਇਲਾਕੇ ਦੇ, ਤਾਂ ਤੁਹਾਨੂੰ ਹੁਣ ਕੀ ਉੱਥੇ ਦਾ ਸਰਕਾਰੀ ਪ੍ਰਬੰਧ ਕੀ ਲੱਗਦਾ ਉੱਥੇ ਦਾ? ਸਰ, ਜਦੋਂ ਹੁਣ ਅਸੀਂ ਰੋਜ਼ ਦੇ ਤਰ੍ਹਾਂ ਘਰ ਵਾਪਸ ਆਈਦਾ ਅਤੇ ਹਨ ਉਸ ਪੁੱਲ ਦੇ ਤੋਂ ਨਹੀਂ ਲੰਘੀਦਾ, ਕਿਉਂਕਿ ਉਹ ਪੁੱਲ ਤਾਂ ਬਣ ਤੇ ਗਿਆ, ਮਤਲਬ ਕਿ ਸਾਈਡਾਂ ਤੋਂ ਹਲੇ ਰੇਲਿੰਗ ਨਹੀਂ ਲੱਗੀ ਜਿਸ ਤੋਂ ਹਲੇ ਬੜਾ ਡਰ ਲੱਗਦਾ ਲੰਘਣ ਲੱਗਿਆ, ਬਣਿਆ ਵੀ ਨਹੀਂ, ਮਤਲਬ ਕਿ ਇੰਨਾ ਤਕਰੀਬਨ 2 ਸਾਲ ਹੋ ਗਿਆ ਅਤੇ ਹਜੇ ਵੀ ਨਹੀਂ ਉਹ ਪ੍ਰੋਪਰ ਬਣਿਆ, ਨਹੀਂ ਬਣਿਆ ਕਿਉਂਕਿ ਉਸਦੀ ਰੇਲਿੰਗ ਨਹੀਂ ਬਣੀ, ਹਲੇ ਲੱਗਾ ਨਹੀਂ ਸਾਈਡ 'ਤੇ, ਕੋਈ ਸਪੋਰਟ ਨਹੀਂ ਲੱਗੀ, ਕੋਈ ਵੀ ਉੱਥੋਂ ਬਾਈਕ ਗਿਰ ਸਕਦੀ ਕੋਈ ਵੀ, ਅਤੇ ਉੱਥੋਂ ਡਰ ਲੱਗਦਾ ਲੰਘਣ ਲੱਗਿਆ, ਅਤੇ ਸਾਡੀ ਸਕੂਲ ਦੀ ਕੋਈ ਬੱਸ ਉੱਥੋਂ ਨਹੀਂ ਲੰਘਦੀ, ਕਿਉਂਕਿ ਜਦੋਂ ਉਹ ਪੁੱਲ ਜਦੋਂ ਉੱਤੋਂ ਦੀ ਸਾਡੇ ਲੈ ਆਉਂਦੇ ਸਾਨੂੰ ਬਹੁਤ ਜ਼ਿਆਦਾ ਪੈਂਦਾ ਹੈ, ਦੂਰ ਪੈਂਦਾ ਹੈ। ਅੱਛਾ,
ਤੇ ਉਸ ਤੋਂ ਬਾਅਦ ਤੁਸੀਂ ਸਕੂਲ ਜਾਂਦੇ ਹੋ, ਸਕੂਲ ਜਾਣ ਵੇਲੇ ਤੁਹਾਨੂੰ ਪੁੱਲ ਤੋਂ ਤਾਂ ਨਹੀਂ ਲੰਘਦੇ ਤੁਸੀਂ, ਹੈ ਨਾ? ਉਸ ਤੋਂ ਬਾਅਦ ਤੁਹਾਨੂੰ ਕਿੰਨਾ ਗੇੜਾ ਕੱਟ ਕੇ ਸਕੂਲ ਜਾਣਾ ਪੈਂਦਾ, ਕਿਉਂਕਿ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਪੁੱਲ ਦੇ ਉੱਪਰ ਵੇਲੇ ਰੇਲਿੰਗ ਨਹੀਂ ਲਗਾਈ ਗਈ ਅਤੇ ਬਸ ਸਾਰੀ ਬੱਸਾਂ ਨੂੰ ਉੱਥੋਂ ਡਾਈਵਰਟ ਕਰ ਦਿੱਤਾ ਜਾਂਦਾ, ਤਾਂ ਸਕੂਲ ਦਾ ਡਿਸਟੈਂਸ ਤੁਹਾਡੇ ਪਿੰਡੋਂ ਕਿੰਨਾ ਅਤੇ ਤੁਸੀਂ ਹੋ ਕੇ ਕਿੰਨਾ ਜਾਣਾ ਪੈਂਦਾ? ਲਗਭਗ ਸਕੂਲ ਦੇ ਪਿੰਡੋਂ ਸਾਡਾ ਹੈਗਾ ਹੈ 7-8-9 ਕਿਲੋਮੀਟਰ ਤਾਂ ਹੈਗਾ ਹੈ, ਅਤੇ 8-9 ਕਿਲੋਮੀਟਰ ਤੋਂ ਜਿੱਦਾਂ ਪਹਿਲਾਂ ਮਹਾਵੇ ਬੱਸ ਜਾਂਦੀ ਹੈ, ਤਾਂ ਇੱਕ ਪਿੰਡ ਹੈ ਬਾਗੜੀਆਂ ਉਸ ਤੋਂ ਬੱਸ ਜਾਂਦੀ ਹੈ, ਅਤੇ ਉਸ ਤੋਂ ਬਾਅਦ ਹੋ ਕੇ ਮਹਾਵੇ ਥਾਣੀ ਮਹਾਵੇ ਦੇ ਪੁੱਲ ਨਾ ਸਾਡੇ ਵਿਲੇਜ ਤੋਂ ਓਨਲੀ ਪੁੱਲ ਕ੍ਰੋਸ ਕਰਨਾ ਪੈਂਦਾ ਸੀ ਉਹ ਵਾਲਾ, ਅਤੇ ਹੁਣ ਉਹਦੀ ਨਹੀਂ ਲੰਘਦੀ, ਹੁਣ ਫਿਰ ਉੱਪਰੋਂ ਦੀ ਜਾਂਦੀ ਹੈ ਅਤੇ ਫਿਰ ਬਾਗੜੀਆਂ ਪਿੰਡ ਫਿਰ ਵਾਪਸ ਆਉਂਦੀ ਹੈ, ਅਤੇ ਫਿਰ ਅਟਾਰੀ ਵਾਹਗਾ ਬਾਰਡਰ ਦੀ ਰੋਡ ਹੈ ਉਹ, ਉਸ ਤੋਂ ਹੋ ਕੇ ਫਿਰ ਸਾਡੇ ਪਿੰਡ ਵੱਲ ਆਉਂਦੀ ਜਦ 10 ਕਿਲੋਮੀਟਰ ਵੱਧ ਪੈਣ ਦਾ। ਯਾਨੀ ਕਿ 10 ਕਿਲੋਮੀਟਰ ਲੰਬਾ ਰੂਟ ਹੋਰ ਤੈਅ ਕਰਕੇ ਜਾਣਾ ਹੁੰਦਾ। ਕਰਨਵੀਰ, ਪਿਛਲੇ 10 ਦਿਨਾਂ ਤੋਂ ਦਿੱਲੀ ਆਏ ਹੋਏ ਅਤੇ ਰਿਹਰਸਲ ਹੋ ਗਈ, ਗੈਸਟ ਨਾਲ ਮਿਲਣਾ, ਅਤੇ ਉਸ ਤੋਂ ਬਾਅਦ ਇੰਨੇ ਥੱਕ ਚੁੱਕੇ ਨੇ ਅਤੇ ਇੰਨਾ ਇਹਨਾਂ ਨੂੰ ਮਿਹਨਤ ਹੋ ਚੁੱਕੀ ਤੀ, ਅਸੀਂ ਇਹਨਾਂ ਨੂੰ ਕੌਫੀ ਪਿਆਈ ਕਿ ਥੋੜ੍ਹੇ ਤਕੜੇ ਹੋ ਜਾਓ, ਪਰ ਥੋੜ੍ਹੀ ਥੱਕ ਜਾਂਦਾ ਬੰਦਾ ਇੰਨੇ ਹੈਕਟਿਕ ਸ਼ਡਿਊਲ ਦੇ ਵਿੱਚ। ਕਰਨਵੀਰ, ਥੋੜ੍ਹਾ ਆਪਾਂ ਗੱਲਾਂ ਕਰਦੇ ਹਾਂ, ਥੋੜ੍ਹਾ ਜਿਹਾ ਤੁਸੀਂ ਦਮਦਾਰ ਜੋ ਉੱਥੇ ਹਿੰਮਤ ਦਿਖਾਈ ਦੀ, ਥੋੜ੍ਹੀ ਜਿਹੀ ਆਵਾਜ਼ ਹੋਰ ਆਪਾਂ ਵਧਾ ਲਈਏ, ਸਾਡੇ ਦਰਸ਼ਕ ਜਿਹੜੇ ਫੇਸਬੁੱਕ ਲਾਈਵ ਦੇਖ ਰਹੇ ਆ ਉਹਨਾਂ ਨੂੰ ਥੋੜ੍ਹੀ ਆਵਾਜ਼ ਥੋੜ੍ਹੀ ਘੱਟ ਸੁਣ ਰਹੀ ਹੈ ਨਾ, ਥੋੜ੍ਹਾ ਆਪਾਂ ਉੱਚਾ ਬੋਲੀਏ। ਅਤੇ ਕਰਨ, ਜਦੋਂ ਜਿਵੇਂ ਆਪਾਂ ਪਹਿਲਾਂ ਸਾਰੀ ਗੱਲਾਂ ਕੀਤੀਆਂ, ਤੁਸੀਂ ਇੱਥੇ 10 ਦਿਨ ਪਹਿਲਾਂ ਆ ਗਏ ਹੈ ਨਾ, ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਆਪਣੀ ਹਿੰਮਤ ਦਿਖਾਈ, ਉਹਨਾਂ ਬੱਚਿਆਂ ਨੂੰ ਬਚਾ ਲਿਆ। ਕਈ ਤਰ੍ਹਾਂ ਦੇ ਫਰੋਡਸ ਹੁੰਦੇ ਨੇ ਸਕੂਲ ਬੱਸਾਂ ਦੇ ਵਿੱਚ ਜਾਂ ਸਰਕਾਰੀ ਕੰਮਾਂ 'ਚ, ਜਿਸ ਕਰਕੇ ਹਾਦਸੇ ਵਾਪਰਦੇ ਨੇ। ਤੁਸੀਂ ਇੱਥੇ ਜਿਹੜੇ VIPs ਨੂੰ ਮਿਲੇ, ਉਹਨਾਂ VIPs 'ਚ ਕਿਹੜੇ ਕਿਹੜੇ ਲੋਕ ਸ਼ਾਮਿਲ ਸੀਗੇ ਅਤੇ ਤੁਸੀਂ ਉਹਨਾਂ ਨਾਲ ਕਿਹੜੀਆਂ ਗੱਲਾਂ ਕੀਤੀਆਂ? ਸਰ, ਪਹਿਲਾਂ ਤਾਂ ਅਸੀਂ ਗਏ ਸੀ ਆਰਮੀ ਚੀਫ ਕੋਲੋਂ, ਥੋੜ੍ਹਾ ਜਿਹਾ ਉੱਚੀ। ਅੱਛਾ, ਪਹਿਲਾਂ ਆਰਮੀ ਚੀਫ ਨੂੰ ਮਿਲੇ ਅਤੇ ਨੇਵੀ ਚੀਫ ਨੂੰ ਮਿਲੇ, ਅਤੇ ਕੱਲ੍ਹ ਏਅਰਫੋਰਸ ਦੇ ਜਿਹੜੇ ਚੀਫ ਨੇ ਉਹਨਾਂ ਨੂੰ ਮਿਲੇ, ਅਤੇ ਮੋਦੀ ਸਾਹਿਬ ਨੂੰ ਮਿਲੇ। ਹਾਂਜੀ, ਮੋਦੀ ਸਾਹਿਬ ਨੂੰ ਮਿਲੇ ਸੀ, 24th ਨੂੰ ਮਿਲੇ ਸੀ। ਬੜਾ ਵਧੀਆ ਲੱਗਾ ਉਹਨਾਂ ਨਾਲ ਮਿਲ ਕੇ, ਕਦੀ ਸੁਪਨਾ ਸੀ ਸਾਡਾ ਕਿ ਅਸੀਂ PM ਨੂੰ ਮਿਲਾਂਗੇ ਇੰਡੀਆ ਦੇ, ਤਾਂ ਉਹ ਸੁਪਨਾ ਪੂਰਾ ਆ ਗਿਆ। ਬੜਾ ਵਧੀਆ ਲੱਗਾ ਮਿਲ ਕੇ, ਅਤੇ ਉਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਕਿ ਸਰ ਸਾਡਾ ਹਾਲੇ ਤੱਕ ਉਹ ਪੁੱਲ ਤਿਆਰ ਨਹੀਂ ਹੋਇਆ, ਅਤੇ ਉਹ ਕਰਨਵੀਰ ਜਦੋਂ ਪ੍ਰਧਾਨ ਮੰਤਰੀ ਤੁਹਾਡੇ ਕੋਲੋਂ ਆਏ ਹੋਣਗੇ ਹੈ ਨਾ ਸਾਰਾ ਉਹਦੇ ਵਿੱਚ, ਅਤੇ ਤੁਸੀਂ ਉਹਨਾਂ ਨੂੰ ਕਿਵੇਂ ਉਹਨਾਂ ਬੁਲਾਇਆ ਕਿ ਨਹੀਂ ਤੁਸੀਂ ਮੇਰੀ ਗੱਲ ਸੁਣੋ? ਹਾਲਾਂਕਿ ਉਹਨਾਂ ਕੋਲ ਬਹੁਤ ਲੋਕ ਮਿਲਣਾ ਚਾਹੁੰਦੇ, ਉਹਨਾਂ ਗੱਲਾਂ ਕਰਨਾ ਚਾਹੁੰਦੇ, ਅਤੇ ਕਰਨ ਨੇ ਆਪਣੀ ਆਵਾਜ਼ ਉੱਥੇ ਕਿਵੇਂ ਬੁਲੰਦ ਕੀਤੀ? ਸਰ, ਅਸੀਂ ਨਾ ਫਰੰਟ ਸੀਟ 'ਤੇ ਸਾਰੇ ਬੱਚੇ ਬੈਠੇ ਸੀ, ਮੇਰਾ ਨੰਬਰ 3rd ਹੈ, ਮੈਨੂੰ ਸੰਜੇ ਚੋਪੜਾ ਅਵਾਰਡ ਮਿਲਿਆ, ਮੇਰਾ ਨੰਬਰ 3rd ਹੈ, ਅਤੇ ਫਰੰਟ ਸੀਟ 'ਤੇ ਬੈਠੇ ਸੀ। ਪਹਿਲਾਂ ਤਾਂ ਸਾਨੂੰ ਅਵਾਰਡ ਮਿਲੇ ਤਾਂ ਅਵਾਰਡ ਇੱਕ ਕਰਕੇ ਲੈ ਲਏ ਸਾਰਿਆਂ ਨੇ, ਅਤੇ ਜਦੋਂ ਫਿਰ ਉਹ ਗਰੁੱਪ ਫੋਟੋਗ੍ਰਾਫ ਕੀਤੀ ਉਹਨਾਂ ਮੋਦੀ ਸਾਹਿਬ ਦੇ ਨਾਲ, ਅਤੇ ਉਦੋਂ ਬਾਅਦ ਵਿੱਚ ਜਦੋਂ ਅਸੀਂ ਉੱਠਣ ਲੱਗੇ ਤਾਂ ਮੋਦੀ ਸਾਹਿਬ ਉੱਠੇ ਅਤੇ ਸਾਰੇ ਸਟੈਂਡ ਹੋ ਗਏ, ਖੜ੍ਹੇ ਹੋ ਗਏ, ਤਾਂ ਮੈਂ ਉੱਪਰ ਗਿਆ ਸਟੇਜ 'ਤੇ ਉਹਨਾਂ ਕੋਲ, ਅਤੇ ਉਹਨਾਂ ਨੂੰ ਮੈਂ ਕਿਹਾ ਕਿ ਸਰ ਇੱਦਾਂ ਮੈਂ ਆਪਣੇ ਸਾਥ ਬਾਤ ਕਰਨੀ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਅਤੇ ਰਿਕੁਐਸਟ ਕਰਨੀ ਸੀ। ਤਾਂ ਸਰ ਨੇ ਕਿਹਾ ਹਾਂਜੀ, ਅਤੇ ਮੈਂ ਉਹਨਾਂ ਨੂੰ ਇੱਦਾਂ ਕਿਹਾ ਕਿ ਸਰ ਸਾਡੀ ਨਾ ਹਾਲੇ ਤੱਕ ਪੁੱਲ ਦੀ ਜਿੱਥੋਂ ਸਾਡੀ ਐਕਸੀਡੈਂਟ ਹੋਇਆ ਸੀ ਉਹਦੀ ਹਾਲੇ ਤੱਕ ਰੇਲਿੰਗ ਨਹੀਂ ਲੱਗੀ, ਮਤਲਬ ਕਿ। ਤਾਂ ਉਹਨਾਂ ਕਿਹਾ ਅੱਛਾ, ਅਤੇ ਉਹਨਾਂ ਨੇ ਬੋਲਾ ਕਿ ਜੋ ਗੀਤਾ ਸਿਧਾਰਥ ਪ੍ਰੈਜੀਡੈਂਟ ਆਫ ICCW ਹੈ, ਉਹਨਾਂ ਕੋ ਆਪ ਬੋਲ ਦੀਜੀਏ, ਤੋ ਹਮੇਂ ਬੋਲ ਦੇਂਗੇ, ਮਤਲਬ ਕਿ ਅੱਗੇ ਫਾਰਵਰਡ ਕਰ ਦੇਂਗੇ। ਤਾਂ ਫਿਰ ਮੈਂ ਮੈਮ ਕੋ ਬੋਲ ਦਿਆ, ਔਰ ਸੁਬਹਾ ਮੈਂ ਐਪਲੀਕੇਸ਼ਨ ਵੀ ਲਿਖ ਕੇ ਦੇ ਦੀ ਹੈ। ਅੱਛਾ, ਤੁਸੀਂ ਮਤਲਬ ਕਿ ਅਵਾਰਡ ਤਾਂ ਲੈਣ ਆਏ ਹੀ ਸੀਗੇ, ਪਰ ਜੋ ਅਸਲ 'ਚ ਕੰਮ ਉੱਥੇ ਹੋਣਾ ਚਾਹੀਦਾ ਉਹਦੇ ਵਾਸਤੇ ਤੁਸੀਂ ਆਪਣਾ ਐਫਰਟ ਇੱਥੇ ਵੀ ਕੀਤਾ, ਦਿੱਲੀ ਦੇ ਵਿੱਚ ਵੀ ਆ ਕੇ ਅਟਾਰੀ ਤੋਂ। ਮੇਰੇ ਸਹਿਯੋਗੀ ਤਾਹਿਰਾ ਬਸੀਨ ਮੇਰੇ ਨਾਲ ਮੌਜੂਦ ਹੈ। ਤਾਹਿਰਾ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਰਨਵੀਰ ਨੂੰ? ਕਰਨ, ਜਿਵੇਂ ਕਿ ਹੋਰ ਬੱਚਿਆਂ ਨੂੰ ਵੀ ਪੁਰਸਕਾਰ ਮਿਲਿਆ ਤੁਹਾਡੇ ਨਾਲ ਨਾਲ, ਹੋਰ ਕਿਹੜੇ ਬੱਚੇ ਦੀ ਕਹਾਣੀ ਹੈ ਜਿਹੜੀ ਤੁਹਾਨੂੰ, ਜਿਹਨੇ ਤੁਹਾਡੇ 'ਤੇ ਪ੍ਰਭਾਵ ਪਾਇਆ ਕਿ ਤੁਹਾਨੂੰ ਟੱਚ ਕੀਤਾ ਹੋਇਆ ਉਸ ਕਹਾਣੀ ਨੇ? ਇੱਕ ਬੜਾ ਵਧੀਆ ਮੇਰੀ ਫਰੈਂਡ ਆ, ਸਮਰਿੱਧੀ ਨਾਮ ਉਸਦਾ, ਉਹਨੂੰ ਇਹ ਅਵਾਰਡ ਮਿਲਿਆ ਅਤੇ ਬੜਾ ਵਧੀਆ ਉਹਦਾ ਨੇਚਰ, ਬੜਾ ਵਧੀਆ ਲੱਗਾ ਉਹਨੂੰ ਮਿਲ ਕੇ। ਅਤੇ ਬਾਕੀ ਉਹਨੂੰ ਅਵਾਰਡ ਇਸ ਤਰ੍ਹਾਂ ਮਿਲਿਆ, ਉਹ ਨਾ ਘਰ ਵਿੱਚ ਇਕੱਲੀ ਸੀ, ਅਤੇ ਉਹਦੇ ਵਿੱਚ ਘਰ ਜਦੋਂ ਘਰ ਗੁਜਰਾਤ ਦੀ ਲੜਕੀ,
ਤਾਂ ਘਰ ਇਕੱਲੀ ਸੀ ਅਤੇ ਘਰ ਆਉਂਦਿਆਂ ਉਹਦੇ ਨਾਲ ਸਕੂਲ ਤੋਂ ਵਾਪਸ ਆਈ ਸੀ ਅਤੇ ਪੇਰੈਂਟਸ ਉਹਦੇ ਘਰ ਨਹੀਂ ਸੀ, ਔਫਿਸ ਗਏ ਸੀ ਕੰਮ, ਮਤਲਬ ਕਿ ਜੋਬ ਕਰਦੇ ਨੇ। ਤਾਂ ਘਰ ਉਹਦੇ ਘਰ ਦੇ ਇੱਕ ਆਇਆ ਕੋਈ ਬੰਦਾ ਆਇਆ ਅਤੇ ਉਹਨੇ ਉਸ ਤੋਂ ਪੁੱਛਿਆ, ਉਹਦੀ ਮੇਟ ਬਾਰੇ ਪੁੱਛਿਆ, ਅਤੇ ਉਹਨੇ ਕਿਹਾ ਕਿ ਮੇਰੇ ਤੋਂ ਮੇਟ ਦਾ ਨੰਬਰ ਨਹੀਂ ਹੈਗਾ ਅਤੇ ਮੇਟ ਆਪਣਾ ਕੰਮ ਕਰਕੇ ਚਲੇ ਗਈ ਹੈ। ਅਤੇ ਜਦੋਂ ਫਿਰ ਉਹਨੇ ਦੇਖਿਆ ਕਿ ਉਹਨੇ ਕਿਹਾ ਕਿ ਮੈਨੂੰ ਪਾਣੀ ਦੇ ਦਿਓ, ਬੰਦੇ ਨੇ ਕਿਹਾ, ਤਾਂ ਉਹਨੇ ਪਾਣੀ ਦੇਣ ਤੋਂ ਮਨਾ ਕਰਤਾ, ਕਿਉਂਕਿ ਜੇ ਕੋਈ ਆਸ ਵੀ ਜੇ ਕੋਈ ਆਸ ਪਾਸ ਦਾ ਹੈਗਾ ਤਾਂ ਉਹਨੂੰ ਪਾਣੀ ਆਪਣੇ ਘਰ ਜਾ ਕੇ ਪੀ ਲਓ। ਤਾਂ ਫਿਰ ਉਹਨੇ ਉਸੇ ਟਾਈਮ ਉਸਦੇ ਗਲ 'ਤੇ ਚਾਕੂ ਰੱਖਿਆ, ਤਾਂ ਉਹਨੂੰ ਧਮਕਾਇਆ ਕਿ ਜੇ ਤੂੰ ਬੋਲੀ ਤਾਂ ਮੈਂ ਤੈਨੂੰ ਮਾਰ ਸਕਦਾ। ਤਾਂ ਫਿਰ ਉਸਨੇ ਆਪਣੀ ਲੈਫਟ ਹੈਂਡ ਦੇ ਨਾਲ ਉਸਨੂੰ ਚੱਕ ਨੂੰ ਇੱਦਾਂ ਸਾਈਡ 'ਤੇ ਕੀਤਾ ਅਤੇ ਉਸ ਨਾਲ ਫਾਈਟ ਮਤਲਬ ਕਿ ਹੱਥ ਪਾਈ ਥੋੜ੍ਹੀ ਜਿਹੀ ਕੀਤੀ, ਤਾਂ ਉਹਨੂੰ ਚਾਕੂ ਉਸਦਾ ਡਿੱਗ ਪਿਆ ਅਤੇ ਉਹ ਖੁਦ ਭੱਜ ਗਿਆ ਸੀ ਬਾਅਦ ਵਿੱਚ। ਤਾਂ ਉਹਦੇ ਮਤਲਬ ਕਿ ਵਧੀਆ ਲੱਗਦਾ ਕਿ ਆਪਣੀ ਜੇ ਕੋਈ ਘਰ ਇੱਦਾਂ ਕੋਈ ਡੱਕ ਵਿੱਚ ਹੁੰਦਾ, ਕੋਈ ਚੋਰ ਆਉਂਦਾ, ਤਾਂ ਆਪਣਾ ਸੈਲਫ ਕੋਨਫੀਡੈਂਸ ਦਿਖਾਉਣਾ ਚਾਹੀਦਾ, ਕੋਈ ਡਰਨਾ ਨਹੀਂ ਚਾਹੀਦਾ ਕਿ ਅਸੀਂ ਡਰ ਜਾਈਏ। ਉਹ ਫਿਰ ਕੁਛ ਵੀ ਕਰ ਸਕਦਾ ਸੀ, ਉਸਦੇ ਘਰ ਲੁੱਟ ਸਕਦਾ ਸੀ, ਉਸਨੂੰ ਈਵਨ ਮਾਰ ਸਕਦਾ ਸੀ, ਕੁਛ ਵੀ ਹੋ ਸਕਦਾ ਸੀ, ਬਟ ਉਸਦੇ ਵਿੱਚ ਕੋਨਫੀਡੈਂਸ ਸੀ, ਉਹਨੂੰ ਆਪਣਾ ਉਹਨੇ ਸੂਝ ਬੂਝ ਨਾਲ ਆਪਣਾ ਕੰਮ ਲਿਆ, ਤਾਂ ਵਧੀਆ ਹੋ ਗਿਆ, ਚਲੋ ਬਚ ਗਈ ਸੀ ਲੜਕੀ। ਉਸਦੇ ਹੱਥ 'ਤੇ ਬਹੁਤ ਜ਼ਿਆਦਾ ਚੋਟ ਲੱਗੀ, ਉਹਦੇ ਦੋ ਸਰਜਰੀਜ਼ ਹੋ ਗਈਆਂ ਨੇ, ਤਾਂ ਹਾਲੇ ਤੱਕ ਮਤਲਬ ਕਿ ਉਹਦੀ ਫਿੰਗਰ ਨੋਰਮਲ ਨਹੀਂ ਹੋਈ ਇੰਨੀ। ਇਹ ਬਹੁਤ ਪ੍ਰੇਰਣਾਦਾਇਕ ਹੈ। ਇਹ ਜਿਹੜੀ ਡਰ ਵਾਲੀ ਗੱਲ ਇਹ ਕਹਿ ਰਹੇ ਨੇ, ਇਹ ਡਰ ਤੋਂ ਬਚਣਾ ਜਿਹੜਾ ਹੈ, ਤੁਸੀਂ ਨਹੀਂ ਡਰੇ, ਸਮਰਿੱਧੀ ਨਹੀਂ ਡਰੀ, ਇਹ ਡਰ ਤੋਂ ਕਿਵੇਂ ਬਚਦੇ ਹੋ? ਡਰ ਲੱਗਦਾ ਜਾਂ ਲੱਗਦਾ ਤਾਂ ਕੀ ਕਰਦੇ ਹੋ ਜਾਂ ਲੱਗਦਾ ਹੀ ਨਹੀਂ? ਮੈਮ ਜਦੋਂ ਡਰ ਲੱਗਦਾ ਤਾਂ ਸੋਚੀਦਾ ਕਿ ਨਹੀਂ ਰਹਿਣ ਦਿਓ, ਅਸੀਂ ਕੀ ਕਰਨਾ ਹੈ ਕੰਮ ਕਰਕੇ, ਬਟ ਜਦੋਂ ਸਿਚੁਏਸ਼ਨ ਦੇ ਹਿਸਾਬ ਨਾਲ, ਮੈਨੂੰ ਤਾਂ ਬੰਦ ਕਮਰੇ 'ਚ ਵੀ ਅੰਧੇਰੇ 'ਚ ਵੀ ਬਹੁਤ ਡਰ ਲੱਗਦਾ, ਕਿਉਂਕਿ ਜਿੱਦਾਂ ਮੇਰੀ ਸਿਚੁਏਸ਼ਨ ਸੀ ਕਿ ਛੋਟੇ ਛੋਟੇ ਬੱਚੇ ਸੀ ਬੈਂਡ ਵਿੱਚ, ਮੈਨੂੰ ਪਤਾ ਸੀ ਕਿ ਫਸਟ ਸੈਕਿੰਡ ਦੇ ਬੱਚੇ ਆ ਅਤੇ ਸਾਡੇ ਨਾਲ ਰੋਜ਼ ਜਾਂਦੇ ਆ, ਤਾਂ ਮਤਲਬ ਕਿ ਗੇਮਸ ਖੇਡ ਲਈਆਂ ਸੀ, ਗੱਲਾਂ ਬਾਤਾਂ ਕਰੀ ਜਾਂਦੇ ਸੀ, ਸਕੂਲ ਡਿਸਕਸ ਕਰੀ ਜਾਂਦੇ ਕਿੱਦਾਂ ਕੀ ਹੋਇਆ ਅੱਜ ਕੀ ਹੋਇਆ, ਤਾਂ ਉਹਨਾਂ ਨੂੰ ਕੋਈ ਮੁਸ਼ਕਿਲ 'ਚ ਦੇਖ ਕੇ ਉਹਨਾਂ ਦੇ ਚੰਗਾ ਨਹੀਂ, ਮਤਲਬ ਕਿ ਆਪਣੇ ਬਹੁਤ ਇਫੈਕਟ ਪੈਂਦਾ ਕਿ ਉਹਨਾਂ 'ਤੇ ਕੋਈ ਸੱਟ ਵੀ ਲੱਗ ਜਾਏ ਅਤੇ ਖੁਦ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ। ਪਰ ਉਦੋਂ ਸਿਚੁਏਸ਼ਨ ਇੱਦਾਂ ਸੀ ਕਿ ਆਪਾਂ ਉਸ ਪਾਣੀ ਵਿੱਚ ਸਾਹ ਵੀ ਨਹੀਂ ਲੈ ਸਕਦੇ ਸੀ, ਤਾਂ ਬੜਾ ਉਦੋਂ ਫਿਰ ਆਪਾਂ ਰਹਿ ਤਾਂ ਸਕਦੇ ਨਹੀਂ, ਉਹਨੂੰ ਮੈਨੂੰ ਮੈਂ ਕੱਢਿਆ ਆਪਣਾ ਜਿੰਨਾ ਮੇਰੇ ਤੋਂ ਹੋ ਸਕਿਆ, ਮੈਂ ਉਹਨੂੰ ਪੂਰਾ ਕੀਤਾ ਸੀ। ਬਹੁਤ ਬਹੁਤ ਬਹਾਦਰੀ ਦਾ ਕੰਮ। ਥੈਂਕ ਯੂ ਤਾਇਰਾ ਕਰਨ ਨਾਲ ਗੱਲਾਂ ਕਰਨ ਦਾ। ਕਰਨ ਸਾਡੇ ਨਾਲ ਹੀ ਨੇ, ਇੱਕ ਨਮਨ ਇਹਨਾਂ ਦੇ ਦੋਸਤ ਵੀ ਆ ਜਾਓ, ਨਮਨ ਸਾਡੇ ਨਾਲ ਇਹਨਾਂ ਦੇ ਦੋਸਤ ਆਏ ਨੇ, ਅਤੇ 2016 ਦੇ ਵਿੱਚ ਤੁਹਾਨੂੰ ਵੀ ਬਰੇਵਰੀ ਅਵਾਰਡ ਮਿਲ ਚੁੱਕਿਆ ਹੈ। ਇਹ ਕਹਿੰਦੇ ਆ ਕਿ ਜਦੋਂ ਆਪਣੇ ਨਾਨਕੇ ਪਿੰਡ ਗਏ ਸੀ ਤੁਸੀਂ ਜੀ, ਅਤੇ ਹਰਿਆਣਾ ਗਏ ਸੀਗੇ, ਅਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਬਰੇਵਰੀ ਆਪਣੀ ਦਿਖਾਈ ਸੀ, ਤੁਸੀਂ ਦੱਸੋ ਕੀ ਸੀਗਾ ਉਹ ਇੰਸੀਡੈਂਟ ਕੀ ਸੀਗਾ? ਇਹ ਘਟਨਾ ਹੈ 2015 2 ਜੁਲਾਈ ਸ਼ਾਮ 4 ਵਜੇ ਮੈਂ ਆਪਣੇ ਮਾਮਾ ਦੇ ਘਰ ਨਾਰਾ ਗਾਉਂ ਜ਼ਿਲ੍ਹਾ ਸੋਨੀਪਤ ਗਿਆ ਹੋਇਆ ਤਾਂ, ਤੋ ਮੇਰੇ ਕੋਲ ਬਚਪਨ ਸੇ ਹੀ ਸਵਿਮਿੰਗ ਕਾ ਬਹੁਤ ਸ਼ੌਕ ਥਾ, ਤੋ ਮੈਂ ਅਕਸਰ ਸਵਿਮਿੰਗ ਕਰਨੇ ਨਹਿਰ ਪੇ ਜਾਤਾ ਥਾ, ਤੋ ਉਸ ਦਿਨ ਵੀ ਮੈਂ ਸਵਿਮਿੰਗ ਕਰਨੇ ਗਿਆ, 1 ਘੰਟਾ ਸਵਿਮਿੰਗ ਕਰਨੇ ਕੇ ਬਾਅਦ ਮੈਂ ਕਾਫੀ ਥੱਕ ਚੁੱਕਾ ਥਾ, ਤੋ ਮੈਨੇ ਸੋਚਾ ਕਿ ਅਬ ਮੈਂ ਮੁਝੇ ਘਰ ਚੱਲਣਾ ਚਾਹੀਏ। ਜੈਸੇ ਹੀ ਮੈਂ ਕਿਨਾਰੇ ਸੇ ਬਾਹਰ ਨਿਕਲਾ ਤੋ ਕੁਛ ਬੱਚੇ ਆਏ, ਉਨਮੇਂ ਸੇ ਇੱਕ ਥਾ ਵਿਸ਼ਾਲ ਜਿਸਕੀ ਉਮਰ 7 ਸਾਲ ਥੀ, ਅੱਛਾ, ਔਰ ਮੇਰੇ ਸਾਥ ਮੈਂ ਮੇਰੇ ਮਾਮਾ ਕਾ ਬੇਟਾ ਔਰ ਮੇਰਾ ਛੋਟਾ ਭਾਈ ਵੀ ਥਾ। ਜੈਸੇ ਹੀ ਵਹਾਂ ਸੇ ਨਿਕਲੇ ਤੋ ਪਿੱਛੇ ਸੇ ਆਵਾਜ਼ ਆਈ, ਬਚਾਓ ਬਚਾਓ, ਮੈਨੂੰ ਉਸ ਇਗਨੋਰ ਕਰ ਦਿਆ ਥਾ। ਮੇਰੇ ਛੋਟੇ ਭਾਈ ਨੇ ਮੁਝਸੇ ਕਹਾ ਕਿ ਦੇਖ ਭਾਈ ਕੋਈ ਚਿੱਲਾ ਰਿਹਾ ਹੈ, ਆਵਾਜ਼ ਆ ਰਹੀ ਹੈ ਪਿੱਛੇ ਸੇ, ਤੋ ਮੈਨੇ ਪਿੱਛੇ ਦੇਖਾ ਤੋ ਉਨਮੇਂ ਸੇ ਜੋ ਵਿਸ਼ਾਲ ਥਾ ਉਹ ਬਹਿ ਗਿਆ ਥਾ ਨਹਿਰ ਕੀ ਦਿਸ਼ਾ ਮੇਂ, ਤੋ ਮੈਨੇ ਸਮੇਂ ਕੋ ਨਾ ਵਿਅਰਥ ਕਰਤੇ ਹੋਏ ਤੋ ਮੈਂ ਸਿੱਧਾ ਪਾਣੀ ਮੇਂ ਛਲਾਂਗ ਲਗਾ ਦੀ ਔਰ ਮੈਨੇ ਉਸਕੋ ਜਾ ਕੇ ਪਕੜ ਲਿਆ ਔਰ ਉਸੇ ਮੈਂ ਧੀਰੇ ਧੀਰੇ ਕਿਨਾਰੇ ਕੀ ਔਰ ਲਾਣੇ ਲਗਾ, ਤੋ ਮੈਂ ਕਿਨਾਰੇ ਸੇ ਬਹੁਤ ਆਗੇ ਆ ਗਿਆ ਥਾ, ਵਹਾਂ ਪਾਣੀ ਮੇਂ ਕਾਂਟੇ ਵਾਲੀ ਝਾੜੀਆਂ ਔਰ ਪਾਣੀ ਕੀ ਗਾਸ ਥੀ, ਅਗਰ ਮੈਂ ਵਹਾਂ ਸੇ ਨਾ ਨਿਕਲੂੰ ਤੋ ਆਗੇ ਇੱਕ ਸਮੱਸਿਆ ਔਰ ਥੀ, ਜੋ ਨਹਿਰ ਕਾ ਪੁਲ ਥਾ ਉਹ ਟੂਟਾ ਹੋਇਆ ਥਾ, ਅੱਛਾ, ਵਹਾਂ ਉਸਕਾ ਮਲਬਾ ਵਹੀਂ ਪੜਾ ਹੋਇਆ ਥਾ, ਸਰੀਆ ਵਗੈਰਾ ਨਿਕਲੇ ਹੋਏ ਥੇ, ਵਹਾਂ ਪੇ ਪਹਿਲੇ ਵੀ ਕਿਸੇ ਕੀ ਡੈਥ ਹੋ ਚੁੱਕੀ ਹੈ।
यानी कि आपकी जो हॉबी थी तैराकी की, उसमें आपने एक बच्चे को ही बचा लिया। इसके लिए ਇਨਾਲ ਇਸ ਦੇ ਲਈ ਨਮਨ ਹੋਰਾਂ ਨੂੰ ਸਰਕਾਰ ਨੇ ਸਨਮਾਨਿਤ ਕੀਤਾ ਸੀ। ਤੇ ਕਰਨਵੀਰ ਫੇਰ ਸਾਡੇ ਨਾਲ ਜੁੜ ਰਹੇ ਨੇ। ਕਰਨਵੀਰ, ਤੁਹਾਡੇ ਇਲਾਕੇ ਤੋਂ ਤੇ ਤੁਹਾਡੇ ਸ਼ਾਇਦ ਪਿੰਡਾਂ ਤੋਂ ਵੀ ਲੋਕ ਨੇ ਅਮਨਪ੍ਰੀਤ ਸਿੰਘ ਪ੍ਰਾਊਡ ਆਫ ਵੀਰਿਆ, ਪ੍ਰਾਊਡ ਆਫ ਯੂਅਰ ਬ੍ਰੇਵਰੀ, ਯਾਨੀ ਤੁਹਾਨੂੰ ਸਾਰੇ ਉੱਥੋਂ ਵਧਾਈਆਂ ਭੇਜ ਰਹੇ ਆ, ਤੁਹਾਡੇ ਇਲਾਕੇ ਤੋਂ ਬੈਠੇ, ਤਰਨ ਤਾਰਨ ਤੋਂ ਬੈਠੇ, ਅਟਾਰੀ ਤੋਂ ਬੈਠੇ ਲੋਕ। ਤੇ ਕਰਨ, ਇਹ ਕੋਈ ਦੋ ਰਾਏ ਨਹੀਂ ਹੈ ਕਿ ਤੁਸੀਂ ਇੰਨਾ ਵਧੀਆ ਕੰਮ ਕੀਤਾ ਤੇ ਤੁਹਾਡੇ ਇਲਾਕੇ ਦੇ ਲੋਕ, ਪੰਜਾਬ ਦੇ ਲੋਕ, ਇਹਨਾਂ ਕਿ ਸਾਰੇ ਲੋਕ ਖੁਸ਼ ਹੋਣਗੇ। ਤੇ ਇੱਕ, ਤੁਸੀਂ ਜਦੋਂ ਆਪਾਂ ਫੇਸਬੁੱਕ ਲਾਈਵ ਸ਼ੁਰੂ ਕਰਨ ਲੱਗੇ, ਤੁਸੀਂ ਕਹਿ ਰਹੇ ਸੀ ਕਿ ਕੰਮ ਤਾਂ ਮੈਂ ਵਧੀਆ ਕੀਤਾ, ਸਾਰੇ ਮੇਰੇ ਪਿੰਡ ਦੇ ਖੁਸ਼ ਵੀ ਨੇ। ਕੁਝ ਡੀਜੇ ਵਾਲੀ ਪਾਰਟੀ ਦਾ ਵੀ ਕੁਝ ਗੱਲ ਚੱਲ ਰਹੀ ਸੀ, ਉਹਦੇ ਬਾਰੇ ਕੀ ਤੁਸੀਂ ਕੀ ਕਹਿ ਰਹੇ ਸੀ? ਸਰ, ਮੈਂ ਕਹਿ ਰਿਹਾ ਸੀ ਕਿ ਜਿੱਦਾਂ ਹੁਣ ਅਸੀਂ ਰੋਜ਼ ਬੱਸ ਦੇ ਜਿੱਦਾਂ ਬੱਚੇ ਪਹੁੰਚਾਏ, ਤੇ ਮੈਂ ਗਲਤ ਕੰਮ ਤਾਂ ਨਹੀਂ ਕੀਤਾ, ਬਸ ਆਪਣੇ ਉਹਨਾਂ ਨੂੰ ਮਾਣ ਹੈ ਕਿ ਮੈਂ ਕੀਤਾ, ਉਹ ਵੀ ਬਹੁਤ ਖੁਸ਼ ਸੀ ਕਿ ਚਲੋ ਇੰਨਾ ਵਧੀਆ ਕੰਮ ਕੀਤਾ। ਤਾਂ ਹੁਣ ਪਤਾ ਨਹੀਂ ਕਿੱਦਾਂ ਕੀ ਲੋਕਾਂ ਨੂੰ ਹੋ ਗਿਆ, ਲੋਕੀ ਅਸੀਂ ਤਾਂ ਇੱਥੇ, ਸਾਡਾ ਤਾਂ ਕੋਈ ਪਲਾਨ ਬਣਿਆ ਨਹੀਂ, ਤਾਂ ਲੋਕੀ ਉੱਥੇ ਕਹੀ ਜਾਂਦੇ ਨੇ ਕਿ ਨਹੀਂ ਇੰਨਾ ਡੀਜੇ ਪਾਰਟੀ ਕਰਨੀ ਆ, ਸਾਡੇ ਬੱਚੇ ਪੂਰੇ ਹੋ ਗਏ, ਮਤਲਬ ਕਿ ਜਿਹੜੇ ਹੁੰਦੇ ਨੇ ਕਈ ਵਿੱਚ ਚਲਾਕ ਹੁੰਦੇ ਨੇ, ਉਹਨਾਂ ਨੂੰ ਬੋਲ ਦਿੰਦੇ ਕਿ ਇੰਨਾ ਆਹ ਕੰਮ ਕਰਨਾ। ਤਾਂ ਬੜਾ ਦੁੱਖ ਜਿਹਾ ਲੱਗਦਾ ਕਿ ਪਹਿਲਾਂ ਤਾਂ ਬੜਾ ਮਾਣ ਸੀ ਕਰਦੇ ਸੀ ਕਿ ਹੁਣ ਉਹ ਸਾਰੇ ਇੱਦਾਂ ਬੋਲਦੇ ਕਿ ਅਵਾਰਡ ਲੈਣ ਗਿਆ, ਸਾਡੇ ਬੱਚਿਆਂ ਦੀ ਡੈਥ ਹੋ ਗਈ ਹੈ। ਤਾਂ ਮੈਂ ਕਿਹੜਾ ਵੀ ਉਹਨਾਂ ਨੂੰ, ਮੈਂ ਤਾਂ ਆਪਣੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਚਾਉਣ ਦੀ, ਬਟ ਫਿਰ ਵੀ ਅਗਰ ਬਹੁਤ ਬੁਰਾ ਲੱਗਦਾ ਜਦੋਂ ਇਹ ਗੱਲ ਸੁਣੀ ਕਿ ਤੁਹਾਡੇ ਪਿੰਡ ਵਾਲੇ ਕਹਿ ਰਹੇ ਨੇ ਕਿ ਇਹਨਾਂ ਪਾਰਟੀ ਕਰ, ਜਦਕਿ ਐਵੇਂ ਤਾਂ ਕੁਛ ਨਹੀਂ ਸੀ। ਹਾਂਜੀ, ਐਵੇਂ ਤਾਂ ਕੁਛ ਨਹੀਂ ਹੈ, ਨਾ ਮੇਰੇ ਡੀਜੇ ਲੱਗਣੇ, ਨਾ ਕੋਈ ਗੱਲਬਾਤ ਹੈ। ਘਰ ਗੈਸਟ ਆਉਣਗੇ, ਉਹਨਾਂ ਨੂੰ ਚਲੋ ਚਾਹ ਪਾਣੀ ਰੋਟੀ ਪਾਣੀ ਤਾਂ ਖਾਣਾ ਪੈਂਦਾ, ਜਦੋਂ ਘਰ ਜਾਵਾਂਗੇ ਤਾਂ ਸਾਰੇ ਆਉਣਾ, ਉਹਨਾਂ ਨੂੰ ਰੋਟੀ ਪਾਣੀ ਤਾਂ ਖਵਾਉਣਾ ਹੀ ਆ। ਬਾਕੀ ਆ ਡੀਜੇ ਵਾਲੀ ਗੱਲ ਤਾਂ ਐਵੇਂ ਜਾਣ ਕੇ ਉਡਾਈ ਜਾਂਦੇ ਨੇ ਸਾਰੇ। ਤੇ ਕਰਨਵੀਰ ਦੀ ਇਹ ਗੱਲ ਸਾਫ਼ ਤੌਰ 'ਤੇ ਕਹਿਣਾ ਕਿ ਉਹਨਾਂ ਦੇ ਪਿੰਡ ਵਾਲੇ ਇਹਦੀ ਕਾਮਯਾਬੀ, ਇਹਨਾਂ ਨੂੰ ਜੋ ਸਨਮਾਨ ਮਿਲਿਆ ਉਸ 'ਤੇ ਤਾਂ ਖੁਸ਼ ਹੈਗੇ ਨੇ, ਪਰ ਡੀਜੇ ਵਾਲੀ ਕਿਸੇ ਤਰ੍ਹਾਂ ਦੀ ਕੋਈ ਪਾਰਟੀ ਨਹੀਂ ਹੋ ਰਹੀ, ਜੇ ਕਿਸੇ ਨੇ ਭੁਲੇਖਾ ਹੈਗਾ ਕਰਨਵੀਰ ਹੋਰਾਂ ਦਾ ਹੀ ਕਹਿਣਾ। ਕਰਨਵੀਰ, ਜਦੋਂ ਤੁਸੀਂ ਦਿੱਲੀ ਤੋਂ ਵਾਪਸ ਜਾਓਗੇ ਤਾਂ ਖੁਸ਼ ਹੋਣਾ ਲਾਜ਼ਮੀ ਹੈ ਇਹਨਾਂ ਚੀਜ਼ਾਂ 'ਤੇ, ਪਰ 7 ਬੱਚਿਆਂ ਨੇ ਆਪਣੀ ਜਾਨ ਗੁਆਤੀ, ਇਸ ਮਾਮਲੇ 'ਚ ਤੁਸੀਂ ਹੋਰ ਮੁੰਡਿਆਂ ਨੂੰ ਕਿਵੇਂ ਜਾਂ ਹੋਰ ਮੁੰਡੇ ਕੁੜੀਆਂ ਨੂੰ ਕਿਵੇਂ ਪ੍ਰੇਰਿਤ ਕਰੋਗੇ ਕਿ ਨਹੀਂ ਤੁਸੀਂ ਜਦੋਂ ਮੁਸ਼ਕਿਲ ਸਮਾਂ ਆਵੇ ਤਾਂ ਘਬਰਾਓ ਨਾ, ਤੁਸੀਂ ਅੱਗੇ ਵੱਧ ਕੇ ਹਿੰਮਤ ਨਾਲ ਮੁਕਾਬਲਾ ਕਰੋ, ਕੀ ਉਹਨਾਂ ਨੂੰ ਸੰਦੇਸ਼ ਦਿਓਗੇ? ਜਦੋਂ ਕੋਈ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਲੋਕ, ਮੈਂ ਜ਼ਿਆਦਾਤਰ ਦੇਖੇ ਨੇ ਲੋਕ ਆਪਣੇ ਫੋਨ ਨਿਕਾਲ ਲੈਂਦੇ ਨੇ, ਅਤੇ ਕੋਈ ਰੋਡ ਐਕਸੀਡੈਂਟ ਹੁੰਦਾ ਤਾਂ ਲੋਕ ਫੋਨ ਨਿਕਾਲ ਲੈਂਦੇ ਨੇ, ਆਪਣਾ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਇਸ ਟਾਈਮ ਇੱਥੇ ਹਾਂ ਅਤੇ ਆਹ ਐਕਸੀਡੈਂਟ ਹੋਇਆ ਅਤੇ ਇੱਦਾਂ ਵੀਡੀਓ, ਆਹ ਇੰਨੇ ਬੱਚੇ ਇੱਦਾਂ ਹੋ ਗਿਆ। ਤਾਂ ਆਹ ਕੰਮ ਕਰਨ ਨਾਲੋਂ ਵਧੀਆ ਕਿ ਆਪਾਂ ਜਾ ਕੇ ਦੀ ਹੈਲਪ ਕਰੀਏ, ਐਂਬੂਲੈਂਸ ਬੁਲਾ ਲਈਏ ਜਾਂ ਕੁਛ ਹੋਸਪਿਟਲ ਲੈ ਜੀ ਆਪਣੇ ਕਾਰ ਵਿੱਚ ਬਿਠਾ ਕੇ। ਜਿੱਦਾਂ ਕਰਨਵੀਰ, ਇੱਥੇ ਮੈਂ ਤੁਹਾਨੂੰ ਰੋਕਾਂ, ਆਪਾਂ ਗੱਲ ਕੰਟੀਨਿਊ ਕਰਾਂਗੇ। ਕਰਨ ਨੇ ਬੜੀ ਸੋਹਣੀ ਗੱਲ ਕਹੀ ਕਿ ਕੋਈ ਵੀ ਘਟਨਾ ਹੁੰਦੀ ਹੈ, ਜਦੋਂ ਦੁਰਘਟਨਾ ਹੁੰਦੀ ਹੈ ਮੈਂ ਕਹਾਂਗਾ, ਤੇ ਲੋਕ, ਵਧੇਰੇ ਲੋਕ, ਸਾਰੇ ਨਹੀਂ ਮੈਂ ਕਹਿ ਰਿਹਾ, ਫੋਨ ਕੱਢ ਕੇ ਵੀਡੀਓ ਬਣਾਉਣਾ ਤਰਜੀਹ ਦਿੰਦੇ ਆ ਬਜਾਏ ਕਿ ਉਸ ਸ਼ਖਸ ਨੂੰ ਹਸਪਤਾਲ ਤੱਕ ਪਹੁੰਚਾਉਣ ਦੇ। ਲੋਕਾਂ ਨੂੰ ਜੋ ਇਸ ਤਰ੍ਹਾਂ ਸੜਕ ਦੁਰਘਟਨਾ ਹੁੰਦੀ ਹੈ, ਕੋਈ ਹੋਰ ਐਕਸੀਡੈਂਟ ਹੁੰਦਾ, ਤੇ ਲੋਕਾਂ ਨੂੰ ਹਸਪਤਾਲ ਪਹੁੰਚਾਓ। ਕਾਨੂੰਨ ਵੀ ਇਹ ਕਹਿੰਦਾ, ਸੁਪਰੀਮ ਕੋਰਟ ਇਹ ਕਹਿ ਚੁੱਕਾ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਹਰਾਸਮੈਂਟ ਨਹੀਂ ਹੋਏਗੀ, ਪਹਿਲਾਂ ਜ਼ਖਮੀ ਸ਼ਖਸ ਨੂੰ ਹਸਪਤਾਲ ਪਹੁੰਚਾਓ, ਵੀਡੀਓ ਬਾਅਦ 'ਚ ਬਣਨੀਆਂ ਰਹਿਣਗੀਆਂ। ਤੇ ਕਰਨ, ਤੁਸੀਂ ਇਹ ਕਹਿ ਰਹੇ ਸੀਗੇ ਕਿ ਇਸ ਤਰ੍ਹਾਂ ਲੋਕ ਨਾ ਕਰਨ, ਹਾਂ, ਸਭ ਤੋਂ ਪਹਿਲਾਂ ਹੁੰਦਾ ਕਿਸੇ ਦੀ ਜਾਨ ਬਚਾਉਣਾ, ਜੋ ਤੁਸੀਂ ਕੀਤਾ 2016 ਦੇ ਵਿੱਚ। ਤੇ ਸਕੂਲ 'ਚ ਜਦੋਂ ਤੁਸੀਂ ਜਾਂਦੇ ਹੋ ਜਾਂ ਆਪਣੇ ਪਿੰਡ ਜਾਂ ਕਿਸੇ ਹੋਰ ਰਿਸ਼ਤੇਦਾਰੀਆਂ ਜਾਂਦੇ, ਤੁਹਾਨੂੰ ਲੋਕ ਕਿਸ ਤਰ੍ਹਾਂ ਕੀ ਕਹਿ ਕੇ ਮਿਲਦੇ? ਸਰ, ਮੈਂ ਪਹਿਲਾਂ ਦੱਸਦਾ, ਮੈਂ ਸਕੂਲ ਜਾਂਦਾ ਸਾਂ, ਸਕੂਲ ਜਾਂਦਾ ਵਾਂ, ਅਤੇ ਮੈਨੂੰ ਕਈ ਬੱਚੇ ਮੈਨੂੰ ਕਹਿੰਦੇ ਹੀਰੋ ਹੀਰੋ, ਤਾਂ ਮਤਲਬ ਕਿ ਬੋਲਦੇ ਨੇ, ਮਜ਼ਾਕ ਨਾਲ ਬੋਲਦੇ, ਟੀਚਰਸ ਵੀ ਕਈ ਬੋਲਦੇ ਨੇ, ਤਾਂ ਕੁਛ ਵਧੀਆ ਵੀ ਲੱਗਦਾ ਕਿ ਚਲੋ ਮੈਂ ਕੰਮ ਕੀਤਾ ਤਾਂ ਰਿਸਪੈਕਟ ਮਿਲਦੀ, ਬੜਾ ਵਧੀਆ ਵੀ ਲੱਗਦਾ। ਇੱਦਾਂ ਵਧੀਆ ਲੱਗਦਾ, ਕੋਈ ਰਿਸਪੈਕਟ ਕਰਦਾ, ਕੋਈ ਹੀਰੋ ਬੋਲਦਾ, ਕੁਛ ਇੱਦਾਂ ਦੀ ਗੱਲਾਂ ਕਰਦਾ। ਆਪਣੇ ਆਪ ਚ ਕੀ ਬਦਲਾਵ ਮਹਿਸੂਸ ਕੀਤਾ?
ਮੈਮ ਜਦੋਂ ਮੈਂ ਕਿਤੇ ਬਾਹਰ ਜਾਂਦਾ ਸੀ ਤਾਂ ਲੋਕ ਮਤਲਬ ਕਿ ਪਹਿਚਾਣਦੇ ਸੀ ਕਿ ਇਸ ਬੱਚੇ ਨੇ ਇੰਨੇ ਬੱਚੇ ਬਚਾਏ ਆ, ਅਤੇ ਵਧੀਆ ਵੀ ਲੱਗਦਾ ਸੀ ਕਿ ਬਟ ਦੁੱਖ ਵੀ ਲੱਗਦਾ ਸੀ ਕਿ ਜਿਹੜੇ 7 ਬੱਚੇ ਮੈਂ ਨਹੀਂ ਬਚਾ ਸਕਿਆ ਉਹਨਾਂ ਦਾ ਦੁੱਖ ਵੀ ਲੱਗਦਾ ਸੀ ਕਿਉਂ ਐਕਸੀਡੈਂਟ ਹੁੰਦਾ ਹੀ ਨਾ ਇੱਦਾਂ ਦਾ ਕਿ ਇੱਦਾਂ ਹੁੰਦਾ, ਦੁੱਖ ਵੀ ਲੱਗਦਾ ਉਹਨਾਂ ਦਾ, ਬਟ ਲੋਕ ਖੁਸ਼ ਵੀ ਨੇ, ਕੁਛ ਵਧੀਆ ਵੀ ਲੱਗਦਾ, ਮਾਣ ਮਹਿਸੂਸ ਕਰਦੇ ਨੇ ਹੁਣ ਪੰਜਾਬ, ਮਤਲਬ ਕਿ ਵਧੀਆ ਮਾਣ ਮਹਿਸੂਸ ਕਰ ਰਿਹਾ ਕਿ ਸਾਡਾ ਇੱਥੋਂ ਦਾ ਬੱਚਾ ਇਕੱਲਾ ਗਿਆ ਹੈ ਤੇ 3rd ਨੰਬਰ ਅਵਾਰਡ ਲੈ ਰਿਹਾ, ਤੇ ਵਧੀਆ ਲੱਗਦਾ ਹੈ। ਨਹੀਂ ਉਹ ਤਾਂ ਠੀਕ ਹੈ, ਉਹ ਪੰਜਾਬ ਮਹਿਸੂਸ ਕਰ ਰਿਹਾ, ਤੁਹਾਡੀ ਫੈਮਿਲੀ ਮਹਿਸੂਸ ਕਰ ਰਹੀ ਹੈ, ਸੋਸਾਇਟੀ ਮਹਿਸੂਸ ਕਰ ਰਹੀ ਹੈ, ਤੁਸੀਂ ਆਪਣੇ ਆਪ 'ਚ ਕੀ ਬਦਲਾਅ ਮਹਿਸੂਸ ਕਰਦੇ ਹੋ ਕਰਨ, ਪਹਿਲਾਂ ਵਾਲਾ ਕਰਨ ਤੇ ਉਸ ਤੋਂ ਬਾਅਦ ਵਾਲਾ ਕਰਨ, ਕੁਛ ਫਰਕ ਆਇਆ? ਹਾਂਜੀ, ਪਹਿਲਾਂ ਤਾਂ ਇੱਦਾਂ ਹੀ ਜਾਈਦਾ ਸੀ ਸਕੂਲ, ਸਿੰਪਲ ਵਾਪਸ ਆ ਜਾਈਦਾ ਸੀ, ਹੁਣ ਜਦੋਂ ਕਿਤੇ ਜਾਈਦਾ ਤਾਂ ਲੋਕ ਪੁੱਛਦੇ ਨੇ, ਬੜਾ ਵਧੀਆ ਲੱਗਦਾ ਹੈ, ਲੋਕ ਅੱਜਾਂ ਦਾ ਘਰ ਜਾਈਦਾ ਹੈ, ਬੜੀ ਰਿਸਪੈਕਟ ਕਰਦੇ ਨੇ, ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਕਿ ਹਾਂਜੀ ਵੀ ਸਾਡੀ ਲੋਕ ਰਿਸਪੈਕਟ ਕਰਦੇ ਨੇ, ਬੜਾ ਵਧੀਆ, ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਹੁੰਦਾ ਜਦੋਂ, ਬਟ ਹੁਣ ਤਾਂ ਉਤੋਂ ਹੀ ਜ਼ਿਆਦਾ ਹੋ ਜਾਏਗਾ ਕਿਉਂਕਿ ਅਵਾਰਡ ਮਿਲਦਾ ਤਾਂ ਲੋਕ ਖੁਸ਼ ਨੇ, ਲੋਕ ਇੱਦਾਂ ਹੀ ਖੁਸ਼ ਰੱਖਣਾ ਚਾਹੁੰਦਾ ਮੈਂ ਕਿ ਵਧੀਆ ਲੱਗੇ ਸਾਰਿਆਂ ਨੂੰ। ਉਹ ਇੱਕ ਜ਼ਿੰਮੇਵਾਰੀ, ਇੱਕ ਰਿਸਪੋਂਸੀਬਿਲਟੀ, ਉਸਦਾ ਅਹਿਸਾਸ ਹੁੰਦਾ ਕਿ ਹੁਣ ਮੈਂ ਇੱਕ ਆਮ ਸਟੂਡੈਂਟ ਨਹੀਂ ਰਿਹਾ। ਹਾਂਜੀ ਲੱਗਦਾ, ਬਟ ਹੁੰਦਾ ਹੈ ਕਿ ਜਦੋਂ ਕੋਈ ਇੱਦਾਂ ਦਾ ਕੰਮ ਕਰਨ ਨੂੰ ਮਿਲੇ ਤਾਂ ਕਰਨਾ ਚਾਹੀਦਾ, ਕਿਉਂਕਿ ਜੇ ਕਿਸੇ ਦੀ ਹੈਲਪ ਹੁੰਦੀ ਹੈ ਤਾਂ ਆਪਾਂ ਨੂੰ ਕੀ ਬੁਰਾ ਉਹਦੇ ਵਿੱਚ, ਕਿ ਹੈਲਪ ਕਰਨੀ ਚਾਹੀਦੀ ਕਿਸੇ ਦੀ। ਮੈਂ ਜਿੱਦਾਂ ਕੀਤੀ ਹੈ ਤਾਂ ਮੈਨੂੰ ਵਧੀਆ ਲੱਗਦਾ, ਹੁਣ ਸਾਰੇ ਪਹਿਚਾਣਦੇ ਨੇ ਮੈਨੂੰ, ਲਗਭਗ ਜਿੱਥੇ ਵੀ ਆਪਾਂ ਜਾਈਦਾ ਹੈ ਪੰਜਾਬ ਅੰਮ੍ਰਿਤਸਰ 'ਚ, ਸਾਰਿਆਂ ਨੂੰ ਪਹਿਚਾਣ ਹੈਗੀ ਹੈ, ਤਾਂ ਵਧੀਆ ਲੱਗਦਾ ਸਾਰੇ ਪਹਿਚਾਣਦੇ ਨੇ। ਸੋ ਹੁਣ ਫਿਊਚਰ 'ਚ ਕੀ ਹੈ, ਕੀ ਕਰਨਾ ਚਾਹੁੰਦੇ ਹੋ ਅੱਗੇ, ਅੱਗੇ ਕੀ ਪਲਾਨ ਹੈ? ਤੁਸੀਂ 12ਵੀਂ 'ਚ ਪੜ੍ਹਦੇ ਹੋ ਸ਼ਾਇਦ? ਹਾਂਜੀ ਹਾਂਜੀ, ਪਲੱਸ ਟੂ ਕਮਰਸ ਕਰ ਰਿਹਾ ਮੈਂ, ਤਾਂ ਅੱਗੇ ਮੇਰਾ ਪਲਾਨ ਆ ਕਿ ਮੈਂ ਕਰਾਂ ਜਾਂ ਬੀ ਕੌਮ ਕਰਨੀ ਹੈ, ਜਿੱਦਾਂ ਸੀ ਏ ਦਾ ਹੈਗਾ ਹੈ ਮੇਰਾ, ਵੈਸੇ ਪਲੈਨ ਹੈਗਾ ਹੈ ਸੁਪਨਾ ਤਾਂ ਪੁਲਿਸ ਆਫਿਸਰ ਬਣਦਾ ਹੈ ਕਿ ਵਧੀਆ ਹੋਵੇ, ਅਤੇ ਆਪਣੇ ਨਾ ਉੱਥੇ ਬਾਰਡਰ ਏਰੀਆ ਹੈ, ਅਟਾਰੀ ਵਾਹਗਾ ਬਾਰਡਰ ਹੈ, ਤਾਂ ਉਹਦੇ ਲਾਗੇ ਪਿੰਡ ਹੈ ਜਿੱਦਾਂ ਦੌਕੇ ਪਿੰਡ ਹੋ ਗਏ, ਉੱਧਰ ਨਾ ਉੱਥੇ ਸਮਗਲਿੰਗ ਬੜੀ ਹੁੰਦੀ ਡਰੱਗਸ ਦੀ, ਤਾਂ ਮੇਰਾ ਇੱਕ ਆਹ ਸਰਕਾਰ ਨੂੰ ਹੈਗਾ ਕਿ ਮੈਂ ਉਹਨਾਂ ਨੂੰ ਬੋਲਣਾ ਚਾਹਾਂਗਾ ਕਿ ਸਾਡੇ ਉੱਥੇ ਸਮਗਲਿੰਗ ਦੀ ਮਤਲਬ ਕਿ ਕੀਤੀ ਜਾਵੇ, ਕਿੱਦਾਂ ਮੈਂ ਵੀ ਇਹ ਚਾਹੁੰਦਾ ਕਿ ਮੈਂ ਆਫਿਸਰ ਬਣਾ ਅਤੇ ਇੱਦਾਂ ਸਖਤਾਈ ਹੋਵੇ, ਤਾਂ ਉੱਥੇ ਸੇਵਾ ਕਰਨ ਦਾ ਮੌਕਾ ਮਿਲੇਗੀ, ਜਿਹੜੇ ਲੋਕਾਂ ਦਾ ਭਲਾ ਹੁੰਦਾ, ਲੋਕ ਐਵੇਂ ਪੈਸੇ ਖਰਾਬ ਕਰ ਰਹੇ ਨੇ ਅਤੇ ਆਪਣਾ ਘਰ ਵੀ ਸਾਰਾ ਵੇਚ ਵੂਚ ਕੇ ਸਾਰੇ ਪੈਲੇ ਪੂੜੀਆਂ, ਅਤੇ ਲੋਕ ਨਸ਼ੇ ਕਰੀ ਜਾ ਰਹੇ ਨੇ ਉੱਥੇ, ਤਾਂ ਕੁਛ ਪੰਜਾਬ 'ਤੇ ਬੜਾ ਇਫੈਕਟ ਪੈਂਦਾ ਕਿ ਸਾਰੇ ਇੱਦਾਂ ਵੇਚੀ ਜਾ ਰਹੇ ਨੇ, ਤਾਂ ਬੜਾ ਬੁਰਾ ਲੱਗਦਾ ਹੈਗਾ। ਕਰਨਵੀਰ ਸਰਹੱਦੀ ਏਰੀਆ ਸਮਗਲਿੰਗ ਬਹੁਤ ਜ਼ਿਆਦਾ, ਪੁਲਿਸ ਵਾਲੇ ਬਣਾ ਚਾਹੁੰਦੇ ਹੋ ਤੇ ਡੰਡਾ ਘੁਮਾ ਕੇ ਸਾਰਿਆਂ ਨੂੰ ਸਬਕ ਵੀ ਸਿਖਾਉਣਾ ਚਾਹੁੰਦੇ ਹੋ, ਇਹ ਬਹੁਤ ਸੋਹਣੀ ਗੱਲ ਤੁਸੀਂ ਕਹੀ ਕਿ ਲੋਕੀ ਨਸ਼ੇ ਨਾ ਕਰਨ। ਪੰਜਾਬ ਦੇ ਯੂਥ ਖਾਸ ਕਰਕੇ ਜਿਹੜਾ ਤਰਨ ਤਾਰਨ ਦਾ ਇਲਾਕਾ ਹੈ ਨਾ, ਉੱਥੇ ਕਈ ਖਬਰਾਂ ਆਉਂਦੀਆਂ ਕਿ ਡਰੱਗਸ ਨਾਲ ਫਲਾਣੇ ਨਾਲ ਇਹ ਵਾਪਰ ਗਿਆ ਜਾਂ ਸਮਗਲਿੰਗ 'ਚੋਂ ਅੰਦਰ ਚਲਾ ਗਿਆ, ਹੈ ਨਾ, ਅਤੇ ਇਹ ਸਾਰੀ ਚੀਜ਼ਾਂ ਤਾਂ ਹੁੰਦੀਆਂ ਰਹਿਣਗੀਆਂ, ਔਰ ਇਹ ਚੀਜ਼ਾਂ ਰੋਕਣ ਲਈ ਪੁਲਿਸ ਵੀ ਕੰਮ ਕਰ ਰਹੀ ਹੈ, ਅਤੇ ਅਸੀਂ ਇਹ ਕੁਛ ਸੋਚਦੇ ਹਾਂ ਕਿ ਸ਼ਾਇਦ ਤੁਸੀਂ ਵੀ ਪੁਲਿਸ ਆਫਿਸਰ ਬਣ ਕੇ ਇਸ 'ਚ ਯੋਗਦਾਨ ਪਾਓਗੇ। ਕਰਨ, ਇਹ ਸਾਰੀ ਚੀਜ਼ਾਂ ਦੇ ਵਿਚਾਲੇ ਤੁਹਾਡਾ ਪਰਸਨਲ ਸ਼ੌਕ ਕੀ ਨੇ, ਕੀ ਤੁਸੀਂ ਕਰਨਾ ਪਸੰਦ ਕਰਦੇ ਹੋ? ਪੜ੍ਹਾਈ ਤਾਂ ਕਰਦੇ ਹੀ ਹੋ, ਚੰਗਾ ਸਟੂਡੈਂਟ ਤੁਸੀਂ ਹੈਗੇ ਹੋ, ਅਤੇ ਇਸ ਤੋਂ ਇਲਾਵਾ ਹੋਰ ਕਿਹੜੇ ਸ਼ੌਕ ਨੇ ਤੁਹਾਡੇ? ਮੈਂ ਆਪਣਾ ਸਪੈਂਡ ਕਰਦਾ ਟਾਈਮ ਫੈਮਿਲੀ ਨਾਲ ਕਰਦਾ, ਵਧੀਆ ਲੱਗਦਾ ਉਹਨਾਂ ਨੂੰ ਘੁੰਮਦਾ ਫਿਰਦਾ ਉਹਨਾਂ ਨਾਲ, ਅਤੇ ਆਪਣੇ ਫਰੈਂਡਸ ਨਾਲ ਵੀ ਬੜਾ ਵਧੀਆ ਲੱਗਦਾ ਘੁੰਮ ਕੇ, ਬਹੁਤ ਵਧੀਆ ਲੱਗਦਾ ਮੈਨੂੰ, ਅੱਛਾ ਲੱਗਦਾ। ਅਤੇ ਜਦੋਂ ਤੁਸੀਂ ਸਕੂਲ ਤੋਂ ਘਰ ਨੂੰ ਆਉਂਦੇ ਹੋ ਅਤੇ ਪੜ੍ਹਾਈ ਤੁਸੀਂ ਕਰ ਰਹੇ ਹੋ ਅਤੇ ਘਰ ਦੇ ਨਾਲ ਟਾਈਮ ਸਪੈਂਡ ਕਰਦੇ ਹੋ, ਇਸ ਤੋਂ ਇਲਾਵਾ ਕੋਈ ਸਪੋਰਟਸ ਦੇ ਵਿੱਚ ਕੁਛ ਕਿਸੇ ਤਰ੍ਹਾਂ ਦੀ ਦਿਲਚਸਪੀ ਹੋਵੇ ਤੁਹਾਡੀ?
ਸਪੋਰਟਸ ਦੇ ਵਿੱਚ ਮੈਂ ਪਹਿਲਾਂ ਤਾਂ ਵਾਲੀਬਾਲ ਖੇਡਦਾ ਸੀ ਬਟ ਹੁਣ ਮੈਂ ਛੱਡਤਾ ਕਿਉਂਕਿ ਮੇਰਾ ਨਾ ਐਕਸੀਡੈਂਟ ਹੋਇਆ ਸੀ ਵਿੱਚੋਂ ਅਤੇ ਮੇਰਾ ਸਾਰਾ ਹੀ ਟੁੱਟ ਗਿਆ ਸੀ ਅਤੇ ਬਾਅਦ ਵਿੱਚ ਉਸਦੇ ਬ੍ਰੇਕ ਲਈ ਸੀ ਮੈਂ ਤਾਂ ਫਿਰ ਉਸ ਤੋਂ ਬਾਅਦ ਮੈਂ ਗਿਆ ਨਹੀਂ ਕਿਉਂਕਿ ਮੈਨੂੰ ਡਰ ਲੱਗਦਾ ਸੀ ਕਿ ਬੋਲ ਵੱਜ ਗਈ ਜਾਂ ਕੁਛ ਹੋ ਗਿਆ ਤਾਂ ਮੈਂ ਅੱਛਾ ਅਤੇ ਮੇਰੇ ਸਹਿਯੋਗੀ ਖੁਸ਼ਹਾਲ ਲਾਲੀ ਵੀ ਨਾਲ ਨੇ ਖੁਸ਼ਹਾਲ ਥੋੜ੍ਹੇ ਤੋਂ ਕੁਛ ਪੁੱਛਣਾ ਚਾਹੁੰਦੇ ਖੁਸ਼ਹਾਲ ਕਰਨਵੀਰ ਹੋਣੇ ਦਿੱਲੀ ਆਏ ਹੋਏ ਆ ਅਤੇ ਤੁਸੀਂ ਵੀ ਆਪਣਾ ਸਵਾਲ ਜ਼ਰੂਰ ਪੁੱਛੋ ਇਹਨਾਂ ਨਾਲ ਕਰਨਵੀਰ ਜਿਵੇਂ ਇਹ ਹਾਦਸਾ ਵਾਪਰਦਾ ਹੈ ਅਤੇ ਅਚਾਨਕ ਜਿਹੜਾ ਹੈ ਤੁਹਾਨੂੰ ਤੁਸੀਂ ਅਚੇਤ ਮਨ ਦੇ ਨਾਲ ਹੀ ਉਹਨਾਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਅਤੇ ਕੀ ਮਹਿਸੂਸ ਹੁੰਦਾ ਕੀ ਤੁਸੀਂ ਸੋਚਦੇ ਹੋ ਉਦੋਂ ਸਰ ਮੇਰੀ ਤਾਂ ਲਾਈਫ 'ਚ ਸਭ ਤੋਂ ਵੱਡਾ ਹਾਦਸਾ ਇਹੀ ਸੀ ਜੋ ਕਿ ਮੈਂ ਆਪਣੀ ਅੱਖੀਂ ਮਤਲਬ ਕਿ ਉਹਦਾ ਐਕਸਪੀਰੀਅੰਸ ਹੋਇਆ ਮੈਨੂੰ ਤਾਂ ਬੜਾ ਬੁਰਾ ਲੱਗਾ ਮੈਨੂੰ ਕਿ ਅੱਗੇ ਲੋਕਾਂ ਦੇ ਐਕਸੀਡੈਂਟ ਦੇਖੇ ਦੀ ਸੀ ਕਿ ਚਲੋ ਦੇਖ ਕੇ ਤਾਂ ਚਲੇ ਜਾਈਦਾ ਸੀ ਬਟ ਜਦੋਂ ਆਪਣੇ 'ਤੇ ਆਉਂਦੀ ਹੈ ਤਾਂ ਉਹ ਬੜਾ ਵੱਡਾ ਹੁੰਦਾ ਹੈ ਕਿ ਬੜਾ ਵੱਡਾ ਬੁਰਾ ਬੜਾ ਲੱਗਦਾ ਨਾ ਅੱਛਾ ਤੁਸੀਂ ਜਿਹੜਾ ਦਲੀਪ ਜਿਵੇਂ ਗੱਲ ਕਰ ਰਹੇ ਸੀ ਕਿ ਟਾਈਮ ਜਿਹੜਾ ਸਪੈਂਡ ਕਰਦੇ ਹੋ ਜਾਂ ਸੋਸ਼ਲ ਮੀਡੀਆ ਵਗੈਰਾ ਵੀ ਫੋਲੋ ਕਰਦੇ ਹੋ ਹਾਂਜੀ ਮੈਂ ਇੰਸਟਾਗ੍ਰਾਮ ਯੂਜ਼ ਕਰਦਾ ਫੇਸਬੁੱਕ ਮੈਂ ਸਾਰੇ ਮਤਲਬ ਕਿ ਵਧੀਆ ਇੱਦਾਂ ਫਰੈਂਡਸ ਨਾਲ ਚੈਟਿੰਗ ਐਂਡ ਸਭ ਕੁਛ ਕਰਦਾ ਕੀ ਦੇਖਦੇ ਹੋ ਕਿਤੇ ਪੜ੍ਹਨ ਦਾ ਕੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਪੜ੍ਹਦੇ ਹੋ ਕਿਸ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਕਰਦੇ ਹੋ ਪੜ੍ਹਦਾ ਇੱਦਾਂ ਹੀ ਚੈਟਿੰਗ ਕਰ ਲਈ ਅਤੇ ਬਾਕੀ ਪੜ੍ਹਨ ਦਾ ਤਾਂ ਜਦੋਂ ਫਰੀ ਹੋਈ ਦਾ ਉਦੋਂ ਆਪਣੇ ਸੋਸ਼ਲ ਨੈਟਵਰਕ ਯੂਜ਼ ਕਰਦਾ ਬਾਕੀ ਤਾਂ ਘਰੇ ਬੈਠ ਕੇ ਸਟੱਡੀ ਕਰ ਲਈ ਦੀ ਇੱਦਾਂ ਹੀ ਵਧੀ ਅੱਛਾ ਅੱਜ ਜਿਹੜਾ ਤੁਹਾਨੂੰ ਅਵਾਰਡ ਮਿਲਿਆ ਤੁਸੀਂ ਪੂਰੇ ਦੇਸ਼ ਦੇ ਹੀਰੋ ਬਣੇ ਅਤੇ ਮੈਂ ਵੀ ਅੱਜ ਜਦੋਂ ਟੀ ਵੀ 'ਤੇ ਸਵੇਰੇ ਦੇਖ ਰਿਹਾ ਸੀ ਅਤੇ ਜਿਪਸੀ ਦੇ ਵਿੱਚ ਖੜ੍ਹੇ ਸੀ ਤੁਸੀਂ ਬੜੇ ਪ੍ਰਾਊਡ ਫੀਲ ਹੁੰਦਾ ਸੀ ਕਿ ਤੁਸੀਂ ਜੇ ਕੁਛ ਚੰਗਾ ਕੀਤਾ ਅਤੇ ਤੁਹਾਡੀ ਜਿਹੜੇ ਕੰਮ ਨੂੰ ਰਿਕਗਨੇਸ਼ਨ ਮਿਲੀ ਹੈ ਅਤੇ ਹੁਣ ਜਦੋਂ ਜਿਹੜਾ ਤੁਸੀਂ ਜਦੋਂ ਇੱਕ ਸਾਰਾ ਕੁਛ ਦੇਖਦੇ ਹੋ ਕਰਦੇ ਹੋ ਅਤੇ ਫਿਰ ਇਸ ਤਰ੍ਹਾਂ ਨਹੀਂ ਲੱਗਦਾ ਕਿ ਹੁਣ ਭਾਰ ਮੋਢਿਆਂ 'ਤੇ ਵੱਧ ਗਿਆ ਅਤੇ ਇਸ ਤਰ੍ਹਾਂ ਦੇ ਕੰਮ ਜਾਂ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਹੋਰ ਵਧਾਉਣੀ ਹਾਂਜੀ ਰਿਸਪੋਂਸੀਬਿਲਟੀ ਮੋਦੀ ਸਾਹਿਬ ਨੇ ਵੀ ਕਿਹਾ ਸੀ ਕਿ ਤੁਹਾਡੇ ਹੁਣ ਜਿੱਦਾਂ ਤੁਸੀਂ ਤੁਹਾਡੇ ਰਿਸਪੋਂਸੀਬਿਲਟੀ ਹੈ ਕਿ ਤੁਸੀਂ ਆਪਣਾ ਪੜ੍ਹ ਲਿਖ ਕੇ ਵਧੀਆ ਤੁਸੀਂ ਆਪਣਾ ਬਣਨਾ ਕਿਉਂਕਿ ਇਹ ਤੁਹਾਨੂੰ ਮਿਲਿਆ ਇੱਕ ਸਰਟੀਫਿਕੇਟ ਕਿ ਤੁਸੀਂ ਵਧੀਆ ਕੰਮ ਕੀਤਾ ਅਤੇ ਇੱਦਾਂ ਦੀ ਲਾਈਫ 'ਚ ਕਰਦੇ ਰਹੋ ਤਾਂ ਇਸ ਰਿਸਪੋਂਸੀਬਿਲਟੀ ਜਿੱਦਾਂ ਹੋ ਜਾਂਦੀ ਹੈ ਕਿ ਆਪਾਂ ਹੈਲਪ ਕਰਨੀ ਹੈ ਕਿਸੇ ਦੀ ਤਾਂ ਹੈਲਪ ਕਰੋ ਤੁਸੀਂ ਇਹ ਨਹੀਂ ਕਿ ਤਮਾਸ਼ਾ ਨਾ ਦੇਖੋ ਫਿਰ ਰੋਕ ਕੇ ਬਸ ਤੁਸੀਂ ਆਪਣੇ ਆਪ ਨਾ ਕੰਮ ਕਰੋ ਹੈਲਪ ਤੁਸੀਂ ਕਰੋ ਅਤੇ ਤੁਹਾਨੂੰ ਹੋਰ ਵੀ ਅੱਗੇ ਜਾ ਕੇ ਕੁਛ ਬੜਾ ਵਧੀਆ ਤੁਹਾਨੂੰ ਅਵਾਰਡ ਮਿਲ ਸਕਦੇ ਨੇ ਬੜਾ ਵਧੀਆ ਸੋਸ਼ਲ ਹੋ ਸਕਦਾ ਬੜਾ ਵਧੀਆ ਲੱਗਦਾ ਅੱਛਾ ਮੇਰਾ ਲਾਸਟ ਸਵਾਲ ਹੈ ਬਾਕੀ ਦਲੀਪ ਜੀ ਅੱਗੇ ਕਰਨਗੇ ਤੁਸੀਂ ਹੀਰੋ ਬਣੇ ਹੋ ਤੁਹਾਨੂੰ ਲੋਕ ਹੀਰੋ ਵਜੋਂ ਦੇਖ ਰਹੇ ਹੋ ਤੁਹਾਡਾ ਹੀਰੋ ਕੌਣ ਹੈ ਮੈਂ ਤਾਂ ਸਰ ਵਾਹਿਗੁਰੂ 'ਤੇ ਜੋ ਵੀ ਇਹਨਾਂ ਕਰਵਾਇਆ ਮੈਂ ਤਾਂ ਕੀਤਾ ਵਾਹਿਗੁਰੂ ਦੀ ਮੇਰੀ ਕਿਰਪਾ ਹੈ ਨਹੀਂ ਤੁਸੀਂ ਤੁਹਾਨੂੰ ਕੌਣ ਲੱਗਦਾ ਕਿ ਤੁਹਾਡਾ ਹੀਰੋ ਕੌਣ ਹੈ ਤੁਸੀਂ ਕਿਹਨੂੰ ਕਿਸ ਬੰਦੇ ਨੂੰ ਜਾਂ ਕਿਸੇ ਖਿਡਾਰੀ ਨੂੰ ਫਿਲਮ ਸਟਾਰ ਨੂੰ ਕਿਸੇ ਸਿੰਗਰ ਨੂੰ ਆਪਣਾ ਆਦਰਸ਼ ਕਿਹਨੂੰ ਮੰਨਦੇ ਹੋ ਤੁਸੀਂ ਕੌਣ ਹੀਰੋ ਹੈ ਤੁਹਾਡਾ ਨਹੀਂ ਸਰ ਮੈਨੂੰ ਇੰਨਾ ਸ਼ੌਂਕ ਨਹੀਂ ਹੈਗਾ ਨਾ ਇੰਨਾ ਮੂਵੀਜ਼ ਦਾ ਤਾਂ ਮੈਂ ਇੰਨਾ ਕਰਦਾ ਨਹੀਂ ਜਿੱਦਾਂ ਕੋਈ ਦੇਖਦਾ ਨਹੀਂ ਮੂਵੀਜ਼ ਦਾ ਇਹਨਾਂ ਨੂੰ ਸ਼ੌਂਕ ਜਾਂ ਨਹੀਂ ਕਿਸੇ ਕੋਈ ਫੇਵਰੇਟ ਹੀਰੋ ਨਹੀਂ ਹਾਲੇ ਤੱਕ ਇੱਦਾਂ ਦੇਖਦੀ ਹਾਂ ਸਾਰੀਆਂ ਦੇਖੀ ਦੀਆਂ ਬਟ ਕਿਸੇ ਨਾਲ ਇੰਟਰਸਟ ਜਾਂ ਨਹੀਂ ਇਹਨਾਂ ਦਾ ਨਾ ਨਹੀਂ ਵੈਸੇ ਆਦਰਸ਼ ਕੌਣ ਹੈ ਤੁਹਾਡਾ ਲਾਈਫ ਦੇ ਵਿੱਚ ਕਿਹਨੂੰ ਫੋਲੋ ਕਿਹਦੇ ਵਰਗਾ ਬਣਨਾ ਚਾਹੁੰਦੇ ਹੋ ਮੈਂ ਤਾਂ ਆਪਣੀ ਖੁਦ ਦਾ ਹੀ ਇੱਕ ਬਣਾਉਣਾ ਚਾਹੁੰਦਾ ਕਿ ਲੋਕ ਮੇਰੇ ਵੱਲ ਦੇਖ ਕੇ ਜਿੱਦਾਂ ਹੋਰ ਹੀ ਆਪਣੇ ਇੰਟਰਸਟ ਉਹਨਾਂ ਦਾ ਬਣੇ ਮੈਂ ਖੁਦ ਦਾ ਹੀ ਹਾਂ ਤੁਹਾਡੀ ਗੱਲਬਾਤ ਸੁਣ ਕੇ ਨਾ ਮੈਨੂੰ ਪਾਤਰ ਸਾਹਿਬ ਦਾ ਸ਼ੇਰ ਯਾਦ ਆਉਂਦਾ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ
ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦਾ ਗਵਾਹ ਬਣਦੇ। ਸੋ ਸਾਡੀ ਇਹ ਕੋਸ਼ਿਸ਼ ਹੈ, ਸਾਡੀ ਇਹ ਵਿਸ਼ ਹੈ, ਸਾਡੀ ਇਹ ਇੱਛਾ ਹੈ ਕਿ ਜਿਨ੍ਹਾਂ ਰਾਹਾਂ 'ਤੇ ਤੁਸੀਂ ਸੱਚੇ ਮਨ ਦੇ ਨਾਲ ਚੱਲੇ ਹੋ ਅਤੇ ਜਿਸ ਇਨੋਸੈਂਸ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਇਸੇ ਤਰ੍ਹਾਂ ਤੁਸੀਂ ਬਰਕਰਾਰ ਰਹੋ, ਖੁਸ਼ ਰਹੋ, ਅੱਗੇ ਵਧੋ। ਸਾਡੀ ਇਹ ਜਿਹੜੀ ਹੈ ਤੁਹਾਨੂੰ ਵਿਸ਼ ਹੈ, ਸਾਡੀ ਦੁਆ ਹੈ। ਥੈਂਕ ਯੂ, ਥੈਂਕ ਯੂ ਲਾਲੀ ਜੀ। ਕਰਨਵੀਰ, ਇੱਕ ਹਰਪ੍ਰਕਾਸ਼ ਸਿੰਘ ਨੇ ਉਹ ਤੁਹਾਡੇ ਤੋਂ ਸਵਾਲ ਪੁੱਛ ਰਹੇ ਨੇ ਕਿ ਆਪਣਾ ਸਨਮਾਨ ਤੁਸੀਂ ਕਿਸ ਨੂੰ ਸਮਰਪਿਤ ਕਰਨਾ ਚਾਹੁੰਦੇ, ਮਤਲਬ ਕਿ ਜਿਹੜਾ ਤੁਹਾਨੂੰ ਸਨਮਾਨ ਭਾਰਤ ਸਰਕਾਰ ਨੇ ਦਿੱਤਾ ਹੈ, ਤੁਸੀਂ ਕਿਸ ਨੂੰ ਡਿਵੋਟ ਕਰਨਾ ਚਾਹੁੰਦੇ ਹੋ ਕਿ ਨਹੀਂ ਇਹ ਸਨਮਾਨ ਮੈਂ ਉਹਨਾਂ ਦੇ ਨਾਂ 'ਤੇ ਡਿਵੋਟ ਕਰਨਾ ਚਾਹੁੰਦਾ? ਸਰ, ਜਿਹੜਾ ਬੱਚਾ ਜਿਹਨਾਂ ਦੀ ਡੈਥ ਹੋਈ ਹੈ ਅਤੇ ਮੈਂ ਕੋਈ ਇੰਨਾ ਹੈਗਾ ਨਹੀਂ ਸੀ ਕਿ ਮੈਨੂੰ ਆਪਣੇ ਤੋਂ ਇੰਨੀ ਉਮੀਦ ਨਹੀਂ ਸੀ ਕਿ ਮੈਂ ਇਹ ਬੱਚੇ ਬਚਾਵਾਂਗਾ। ਬਾਕੀ ਸਾਰਾ ਕੁਛ ਮੈਂ ਇਹੀ ਚਾਹੁੰਦਾ ਕਿ ਉਹਨਾਂ ਬੱਚਿਆਂ 'ਤੇ ਮੈਂ ਇੱਦਾਂ ਸ਼ਰਧਾਂਜਲੀ ਦਿੰਦਾ ਕਿ ਮੈਨੂੰ ਬੁਰਾ ਲੱਗਦਾ ਉਹਨਾਂ ਦੀ ਇਸ ਗੱਲ ਸੋਚ ਕੇ, ਰੋਣਾ ਵੀ ਆਉਂਦਾ ਹੈ, ਉਹਨਾਂ ਨੂੰ ਮੈਂ ਕਰਦਾ ਹੈ ਸਭ ਕੁਛ। ਅਤੇ ਕਰਨਵੀਰ, ਉਹਨਾਂ ਬੱਚੇ ਜਿਹੜੇ ਜਿਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ ਉਹਨਾਂ ਨੂੰ ਇਹ ਆਪਣਾ ਅਵਾਰਡ ਸਮਰਪਿਤ ਕਰਨਾ ਚਾਹੁੰਦੇ ਨੇ, ਅਤੇ ਮੈਂ ਦਰਸ਼ਕਾਂ ਨੂੰ ਇਹ ਵੀ ਕਹਿੰਦਾ ਕਿ ਸਮਾਂ ਅਸੀਂ ਹੋਰ ਜ਼ਿਆਦਾ ਨਹੀਂ ਲੈ ਪਾ ਰਹੇ, ਕਰਨਵੀਰ ਹੋਰਾਂ ਨੇ ਜਾਣਾ ਵੀ ਹੈ ਪੰਜਾਬ ਨੂੰ ਵਾਪਸ, ਅਤੇ ਤੁਸੀਂ BBC ਪੰਜਾਬੀ ਨਾਲ ਜੁੜੇ ਰਹੋ। BBC ਪੰਜਾਬੀ ਦਾ ਫੇਸਬੁੱਕ ਪੇਜ ਹੈ, BBC ਪੰਜਾਬੀ ਦੀ ਵੈਬਸਾਈਟ ਹੈ bbc.com/punjabi, ਇੰਸਟਾਗ੍ਰਾਮ ਪੇਜ ਵੀ ਤੁਸੀਂ ਫੋਲੋ ਕਰ ਸਕਦੇ ਹੋ, ਯੂਟਿਊਬ ਵੀ ਸਬਸਕ੍ਰਾਈਬ ਕਰ ਸਕਦੇ ਹੋ। ਫਿਲਹਾਲ ਧੰਨਵਾਦ।